ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰਾਂ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੁਣਾਂ ਨੂੰ ਤੁਹਾਡੇ ਰੂਬਰੂ ਕਰੀਏ ਕੁਝ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝ ਕਰਦੇ ਆ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਪੱਕੇ ਕਰਵਾਉਣ ਵਾਲੇ ਸੀਨੀਅਰ اٹੋਨੀ ਐਮੀ ਗੱਲ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ +1 ਅਮਰੀਕਾ ਦਾ ਕੋਡ ਲਾ ਕੇ 2126192859 ਤੇ 2126192859 ਜਾਂ ਫਿਰ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨੂੰ ਜਿਨ੍ਹਾਂ ਕੋਲ 25 ਸਾਲ ਦਾ ਤਜਰਬਾ WhatsApp ਕਾਲ ਕਰ ਸਕਦੇ ਹੋ +1 ਨਿਊਯਾਰਕ ਅਮਰੀਕਾ ਦਾ ਏਰੀਆ ਕੋਡ ਲਗਾ ਕੇ 718 612 1188 ਤੇ 718 612 1188 ਤੇ ਜੇਕਰ ਤੁਹਾਡੇ ਕੋਲ ਇੰਡੀਆ ਵਿੱਚ 3 ਸਾਲ ਪੁਰਾਣਾ ਬਿਜ਼ਨਸ ਹੈ ਤੇ ਅਮਰੀਕਾ ਵਿੱਚ ਵੀ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਹੋ ਅਤੇ ਆਪਣੇ ਬੱਚਿਆਂ ਨੂੰ ਵੀ ਬੁਲਾਉਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਵਧੀਆ ਨਵਾਂ ਕਰਜਾ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਨੂੰ 2069415454 ਤੇ 2069415454 ਬੁੱਕ ਕੀਪਿੰਗ ਪਰਸਨਲ ਟੈਕਸਸ ਪੇਰੋਲ ਐਂਡ ਪੇਰੋਲ ਟੈਕਸਸ ਸਟੇਟ ਟੈਕਸਸ ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸਲੀ ਬਖਸ਼ ਅਧਾਰਾ ਐਕਿਊਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253520886 ਦੇ ਸੰਪਰਕ ਕਰ ਸਕਦੇ ਹੋ 253520886 ਇਨਾਂ ਦਾ ਪਤਾ ਜੀ 24915 104 ਐਵੇਨਿਊ ਸਾਊਥ-ਈਸਟ ਕੈਂਟ ਵਾਸ਼ਿੰਗਟਨ ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ ਟੀਐਮ ਡੇਰਾ ਦਾ ਰੀਫਰੈਸ਼ ਟ੍ਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ ਤੇ ਵੀ ਟਰੱਕਰਜ਼ ਲਈ ਵੱਡੀ ਰੇਬੇਟ ਇਸ ਤੋਂ ਇਲਾਵਾ ਦੇਸੀ ਕਿਉੱਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ ਤੇ ਖਾ ਸਕਦੇ ਹੋ ਇੱਥੇ ਪੀਜ਼ਾ ਹਟ KFC ਫੈਟ 버ਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ 558 903 4627 ਤੇ 559 903 4627 ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵੇਨਿਊ 7 시애틀 ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਆਨਰ ਆਪਰੇਟਰ ਦੇ ਡਰਾਈਵਰ ਦੀ ਲੋਡ ਹੈ ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 253 266 6924 ਤੇ 2532666924 ਜਾਂ ਫਿਰ ਗੁਰਵਿੰਦਰ ਧਾਲੀਵਾਲ ਹੁਰਾਂ ਦੇ ਨਾਲ 2063544060 ਤੇ 2063544060 ਸਕਨ ਹਾਈਪਰ ਟੈਨਸ਼ਨ 슈ਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਤਾਂ ਤੁਸੀਂ ਅਮਰੀਕਾ ਦੇ ਮਸ਼ਹੂਰ ਹੋਮੋਪੈਥੀ ਦੇ ਡਾਕਟਰ ਹਰਮਿੰਦਰ ਹੁਰਾਂ ਨਾਲ 4087377100 ਤੇ ਅਪਾਇੰਟਮੈਂਟ ਬਣਾ ਸਕਦੇ ਹੋ 4087377100 ਇਹ ਫੋਨ ਤੇ ਹੀ ਤੁਹਾਡੇ ਨਾਲ ਪੰਜਾਬੀ ਵਿੱਚ ਸਲਾਹ مشورہ ਕਰਦੇ ਨੇ ਤੇ ਤੁਹਾਡੇ ਘਰ ਦਵਾਈ ਭੇਜ ਦਿੰਦੇ ਨੇ ਜੀ ਪ੍ਰੋਗਰਾਮ ਸ਼ਮਾਦਾਨ ਰਾਤ ਨੂੰ ਇੰਡੀਅਨ ਟਾਈਮ 10:30 ਵਜੇ ਤੁਸੀਂ ਦੁਬਾਰਾ ਮੁੜ ਪ੍ਰਸਾਰਣ ਚ ਸੁਣ ਸਕਦੇ ਹੋ ਤੇ ਮੁੜ ਪ੍ਰਸਾਰਣ ਚ ਸਵੇਰੇ 5:30 ਵਜੇ ਪ੍ਰੋਗਰਾਮ ਸ਼ਮਾਦਾਨ ਦਾ ਅਨੰਦ ਤੁਸੀਂ ਮਾਣ ਸਕਦੇ ਹੋ ਸਾਡੇ ਨਾਲ ਰابطਾ ਕਾਇਮ ਕਰਨ ਲਈ 9814910666 ਤੇ ਕਾਲ ਕਰ ਸਕਦੇ ਹੋ ਜਾਂ ਫਿਰ WhatsApp ਕਾਲ ਕਰ ਸਕਦੇ ਹੋ 9116410666 ਤੇ ਤੇ ਸਾਡੇ ਪ੍ਰੋਗਰਾਮ YouTube ਤੇ Facebook ਚੈਨਲ ਤੇ ਜਰੂਰ ਤੁਸੀਂ ਸੁਣਦੇ ਹੋ ਤਾਂ ਸ਼ੇਅਰ ਵੀ ਕਰਿਆ ਕਰੋ ਤੇ ਸਾਡੇ ਨਾਲ ਸਾਂਝ ਵੀ ਪਾਇਆ ਕਰੋ ਆਪਣੇ رائے ਵਿਚਾਰ ਜਾਣਕਾਰੀ ਦੀ ਮਿਰਨਾਲ ਨੇ ਜੀ ਸ਼ਮਾਂਦਾਂ ਚ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਟੇ ਲੋਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਲਵੀਰ ਜੀ ਢਿੱਲੋ ਸਾਹਿਬ ਸੰਗਰੂਰ ਰੇਲ ਚ ਲੁੱਟ ਹੁੰਦੀ ਹੈ ਤੇ ਬਠਿੰਡਾ ਪੁਲਿਸ ਬਰਾਮਦ ਕਰ ਲੈਂਦੀ ਹੈ ਉਸ ਲੁੱਟ ਦੇ ਸਮਾਨ ਨੂੰ ਕੀ ਹੈ ਪੂਰਾ ਮਾਮਲਾ ਇਹ ਵੈਸੇ ਤਾਂ ਖਬਰ ਸੁਧਾਰਨੇ ਨੇ ਜੀ ਲੇਕਿਨ ਖਬਰ ਉਦੋਂ ਨੂੰ ਸੁਧਾਰਨੇ ਦੀ ਜਦੋਂ ਕਿਸੇ ਜ਼ਿਲ੍ਹੇ ਦਾ ਬਹੁਤ ਬੁਰਾ ਹਾਲ ਹੋਵੇ ਬਿਲਕੁਲ ਜੀ ਦੇ ਲੋਕ ਪੁਲਿਸ ਦੀ ਥੂ ਥੂ ਕਰਦੇ ਹੁਣ ਤੇ ਫਿਰ ਇਕਦਮ ਤਬਾਦਲੇ ਹੁੰਦੇ ਐ ਪੁਰਾਣਾ ਐਸਐਸਪੀ ਚਲਾਇਆ ਜਾਂਦਾ ਨਵਾਂ ਐਸਐਸਪੀ ਆ ਜਾਂਦਾ ਉਹ ਤੋਂ ਬਾਅਦ ਜਿਹੜੇ ਲੋਕ 24 ਘੰਟੇ ਪਹਿਲਾਂ ਤਰਾ ਤਰਾ ਕਰਦੇ ਸੀ ਥੂ ਥੂ ਕਰਦੇ ਸੀ ਪੁਲਿਸ ਦੀ ਉਹੀ ਲੋਕ ਵਾ ਵਾ ਕਰਨਾਗੇ ਇਹਦਾ ਵੀ ਕੋਈ ਕਾਰਨ ਹੁੰਦਾ ਜੀ ਬੈਸੇ ਜੇ ਕੁੱਲ ਮਲਾਕੇ ਪਾ ਪੁਲਿਸ ਦੀ ਫੰਕਸ਼ਨਿੰਗ ਨੂੰ ਦੇਖੀਏ ਤੇ ਇਹਦਾ ਜਿਹੜਾ ਕਰੈਕਟਰ ਚਾਲ ਚੱਲਨ ਤੇ ਚਿਹਰਾ ਇੱਕੋ ਹੀ ਹੁੰਦਾ ਜੀ ਲੇਕਿਨ ਵਿਅਕਤੀਗਤ ਭੂਮਿਕਾ ਕਿਸੇ ਨਾ ਕਿਸੇ ਬੰਦੇ ਦੀ ਹੁੰਦੀ ਹੈ ਜੀ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਜੀ ਕੁਝ ਅਫਸਰੇ ਹੁਜੇ ਹੁੰਦੇ ਐ ਜਿਨ੍ਹਾਂ ਦੇ ਵਿੱਚ ਪਹਿਲ ਕਦਮੀ ਹੱਥ ਲੈਣ ਦੀ ਜ਼ਰੂਰਤ ਹੁੰਦੀ ਹੈ ਜੀ ਔਰ ਉਹ ਕੁਝ ਕਰਨਾ ਚਾਹੁੰਦੇ ਹੁੰਦੇ ਐ ਲਗਭਗ ਇਹੀ ਸਥਿਤੀ ਹੁਣ ਬਠਿੰਡੇ ਦੇ ਨਾਲ ਹੈ ਪਹਿਲਾਂ ਆਪਾਂ ਇਹ ਖਬਰ ਦਾ ਜ਼ਿਕਰ ਕਰੀਏ ਕਿ ਸੋਨਾ ਕਿਵੇਂ ਸੀ ਤੇ ਕਿੱਥੋਂ ਆਇਆ ਜੀ ਅਸਲ ਦੇ ਵਿੱਚ ਇਹ ਹੈ ਕਿ ਬਠਿੰਡੇ ਦੇ ਕੁਝ ਜਿਹੜੇ ਸੋਨੇ ਦੇ ਵਪਾਰੀ ਐ ਕਾਰੋਬਾਰੀ ਹੈ ਜਿਹਨਾਂ ਦੇ ਕੋਲ ਗਹਿਣੇ ਦੀਆਂ ਦੁਕਾਨਾਂ ਹੈ ਜੀ ਉਹ ਆਪਣੇ ਗਹਿਣੇ ਦਿੱਲੀ ਤੋਂ ਬਣਵਾਉਂਦੇ ਜੀ ਉਹ ਕਿਸ ਕਿਸਮ ਦੇ ਜਿਹੜੇ ਹੈਗੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਐ ਡਿਜ਼ਾਈਨ ਕੀ ਹੈ ਕੀ ਹੈ ਨਮੀਆਂ ਨਮੀਆਂ ਚੀਜ਼ਾਂ ਕੀ ਹੁੰਦੀਆਂ ਆ ਤੁਹਾਨੂੰ ਪਤਾ ਚੱਲੀ ਬਹੁਤ ਵੱਡੀ ਮਾਰਕੀਟ ਹੈ ਬਿਲਕੁਲ ਜੀ ਉਸ ਮਾਰਕੀਟ ਦੇ ਵਿੱਚ ਉਹਨਾਂ ਦੇ ਸਾਰੇ ਬੰਦੇ ਮਤਲਬ ਜਿਹੜਾ ਹੈਗਾ ਇੱਕ ਬੰਦੇ ਨੂੰ ਡਿਪਿਊਟ ਕਰਦੇ ਆ ਕਿ ਭਾਈ ਤੂੰ ਜਾ ਤੇ ਸਾਡਾ ਇਹ ਸਮਾਨ ਲੈ ਇਹ سلسلہ ਪਤਾ ਨਹੀਂ ਕਿੰਨੀ ਦੇਰ ਤੋਂ ਚੱਲਦਾ ਆ ਰਿਹਾ ਸੀ ਤੇ ਇਸੇ ਤਰ੍ਹਾਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਸੋਨਾ ਲੈ ਕੇ ਕੋਈ ਪੌਣੇ ਇੱਕ ਚਾਰਕ ਗਲੂ ਜੀ ਉਹ ਆ ਗਿਆ ਬਠਿੰਡੇ ਨੂੰ ਆ ਰਹੀ ਟ੍ਰੇਨ ਤੇ ਟ੍ਰੇਨ ਜਦੋਂ ਸੰਗਰੂਰ ਦੇ ਕੋਲੇ ਆਈ ਤੇ ਉੱਥੇ ਕੁਝ ਬਰਤੀ ਧਾਰੀ ਬੰਦੇ ਨੇ ਉਹ ਤੋਂ ਸੋਨਾ ਖੋ ਲਿਆ ਜੀ ਚੋਰੀ ਨਹੀਂ ਕੀਤਾ ਪਕਵਾਂਗੇ ਖੋਈ ਹੈ ਉਹ ਜੀ ਸੋਨਾ ਖੋ ਲਿਆ ਬੰਦੇ ਦੇ ਕੋਲੇ ਕੋਈ ਚਾਰਾ ਹੀ ਨਹੀਂ ਸੀ ਉਹ ਟ੍ਰੇਨ ਤੋਂ ਥੱਲੇ ਉਤਰਿਆ ਸੀ ਰੋਲਾ ਪਾਤਾ ਉੱਥੇ ਰੇਲਵੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਜੀ ਕਿ ਹਾਂ ਜੀ ਇਹ ਗੱਲ ਹੈ ਤੇ ਬੰਦਾ ਇੱਥੇ ਆ ਗਿਆ ਉਹਨੇ ਟੈਲੀਫੋਨ ਵਗੈਰਾ ਤੇ ਵੀ ਮੇਰਾ ਖਹਿਲਾ ਵੀ ਜਿਹੜੇ ਮਾਲਕ ਸੀ ਗਹਿਣਿਆਂ ਵਾਲੇ ਉਹਨਾਂ ਨੂੰ ਇਨਫੋਰਮ ਕਰਤਾ ਤੇ ਗਹਿਣਿਆਂ ਵਾਲਿਆਂ ਨੇ ਨਾਲ ਦੀ ਨਾਲ ਇਮੀਡੀਏਟ ਪਹੁੰਚ ਕੀਤੀ ਬਠਿੰਡਾ ਪੁਲਿਸ ਕੋਲੇ ਜੀ ਤੇ ਬਠਿੰਡਾ ਪੁਲਿਸ ਕੋਲੇ ਪਹੁੰਚ ਕੀਤੀ ਤੇ ਬਠਿੰਡਾ ਪੁਲਿਸ ਨੇ ਫਿਰ ਨਾਲ ਦੀ ਨਾਲ ਕਾਰਵਾਈ ਪਾਤੀ ਹੁਣ ਕਾਰਵਾਈ ਜਿਹੜੀ ਪਾਈ ਅੱਜ ਪ੍ਰੈਸ ਕਾਨਫਰੰਸ ਕੀਤੀ ਐ ਐਸਐਸਪੀ ਹਰਮਨਬੀਰ ਸਿੰਘ ਗਿੱਲ ਹੋਰਾਂ ਨੇ ਜੀ ਉਹਨਾਂ ਨੇ ਕਹਿੰਦਾ ਵੀ ਬੰਦਿਆਂ ਦੇ ਨਾਲ ਸਾਡੀ ਝੜਪ ਹੋਈ ਸਾਡੀ ਪੁਲਿਸ ਪਾਰਟੀ ਦੀ ਔਰ ਉਹ ਬੰਦੇ ਜਿਹੜੇ ਹੈਗੇ ਆ 4 ਜਾਂ 5 ਹੋ ਸਕਦੇ ਆ ਜੀ ਲੇਕਿਨ ਦੋ ਐਸਪਾਸੇ ਨੂੰ ਭੱਜ ਗਏ ਦੋ ਐਸਪਾਸੇ ਨੂੰ ਭੱਜ ਗਏ ਚਾਰ ਤਾਂ ਜਿਹੜੇ ਸੀਗੇ ਵਿੱਚੇ ਤੇ ਇੱਕ ਬੰਦਾ ਹੋਰ ਹੈ ਜੀ ਪੰਜ ਬੰਦੇ ਹੋ ਸਕਦੇ ਆ ਜਿੰਜ ਤੱਕ ਆਇਡੈਂਟੀਫਿਕੇਸ਼ਨ ਉਹਨਾਂ ਦੀ ਦੱਸੀ ਨਹੀਂ ਵੀ ਬੰਦੇ ਕੌਣ ਹੈ ਜੀ ਪਰ ਉਹ ਕਹਿੰਦੇ ਮਾਲ ਬਰਾਮਦ ਹੋ ਗਿਆ ਪੌਣੀ 4 ਕਿਲੋ ਸੋਨਾ ਬਰਾਮਦ ਹੋ ਗਿਆ ਜੀ ਚਲੋ ਇਹ ਪੁਲਿਸ ਦੀ ਆਪਦੀ ਕਾਰਵਾਈ ਹੁੰਦੀ ਹੈ ਕੇਸ ਕਿਵੇਂ ਬਣਾਉਣਾ ਬੜਾ ਕੁਝ ਹੁੰਦਾ ਸਾਰੀਆਂ ਗੱਲਾਂ ਦੱਸੀਆਂ ਵੀ ਨਹੀਂ ਜਾਂਦੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਲੇਕਿਨ ਪ੍ਰਾਪਤੀ ਬਹੁਤ ਵੱਡੀ ਹੈ ਜੀ ਸੋਨਾ ਬਰਾਮਦ ਕਰ ਲਿਆ ਹੁਣ ਇੱਥੇ ਸਵਾਲੇ ਪੈਦਾ ਹੁੰਦਾ ਹੈ ਕਿ ਸੋਨਾ ਉੱਥੇ ਲੁੱਟਿਆ ਜੀ ਸੰਗਰੂਰ ਸਟੇਸ਼ਨ ਤੇ ਬਰਾਮਦਗੀ ਬਠੰਡਾਲਾ ਨਹੀਂ ਕਰ ਲਈ ਜਿਹੜੀ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਉਹ ਕਿਉਂ ਨਹੀਂ ਕਰ ਸਕੀ ਜੀ ਇਹਨੂੰ ਆਪਾਂ ਕਹਾਂਗੇ ਕਿ ਜਿਹੜੀ ਸਿਰਫ ਦੀ ਤਬਦੀਲੀ ਜਿਹੜੀ ਹੁੰਦੀ ਹੈ ਜੀ ਬੁਨਿਆਦੀ ਤਬਦੀਲੀ ਹੁਣ ਜਿਹੜੇ ਬਠਿੰਡੇ ਤੋਂ ਐਸਐਸਪੀ ਬਦਲ ਕੇ ਗਏ ਉਹਨਾਂ ਨੂੰ ਰੋਪੜ ਲਾਤਾ ਉਹਨਾਂ ਦੇ ਜਮਾਨੇ ਦੇ ਵਿੱਚ ਬਠਿੰਡੇ ਦੇ ਵਿੱਚ ਨਿਤ ਖੋਹਾਂ ਨਿਤ ਜਿਹੜੀ ਹੈਗੀ ਹੈ ਭੰਨ ਤੋੜ ਕੁੱਟ ਮਾਰ ਸਾਰਾ ਕੁਝ ਹੁੰਦੀ ਸੀ ਜੀ ਹਰਮਨਬੀਰ ਹੋਰਾਂ ਨੂੰ ਲੈ ਜੇ ਮੇਰਾ ਖਿਆਲ ਹੈ ਵੀ ਦੋ ਹਫਤੇ ਹੋਏ ਇੱਥੇ ਆਏ ਨੂੰ ਜੀ ਉਹਨਾਂ ਸਰ ਸਭ ਤੋਂ ਪਹਿਲਾਂ ਕੰਮ ਤਾਂ ਉਹਨਾਂ ਨੇ ਇਹ ਕੀਤਾ ਉਹ ਕਹਿੰਦੇ ਵੀ ਆ ਕੀ ਕੁਝ ਬਣਿਆ ਬੈ ਇੱਥੇ ਵਿੰਗ ਬੜੇ ਸੀ ਪੁਲਿਸ ਦੇ ਵਿੱਚ ਜੀ ਇੱਕ ਜੀ ਪੀਓ ਵਿੰਗ ਇੱਕ ਜੀ ਸੰਮਣ ਵਿੰਗ ਇੱਕ ਨਹੀਂ ਫਲਾਣਾ ਵਿੰਗ ਇੱਕ ਤੇ ਮਕਾਬਲ ਵਿੰਗ ਆਮਕਾ ਵਿੰਗ ਉਹ ਕਹਿੰਦੇ ਨਾ ਬਿਗਾਤੋ ਕੀ ਕਰਾਉਣੇ ਜੀ 10 10 15 15 ਕਰਮਚਾਰੀ ਇੱਕ ਇੱਕ ਦਫ਼ਤਰ ਦੇ ਵਿੱਚ ਬੈਠੇ ਐ ਜਿਵੇਂ ਮਤਲਬ ਤੁਸੀਂ ਦੇਖੋ ਕਿ ਸੰਮਣ ਜਿਹੜਾ ਹੈਗਾ ਸੰਮਣ ਵਾਲਾ ਆ ਗਿਆ ਸੰਮਣ ਸਟਾਫ ਜੀ ਤਲਵੰਡੀ ਸਾਬੋ ਦਾ ਕੇਸ ਹੈ ਜੀ ਤੇ ਤਲਵੰਡੀ ਸਾਬੋ ਦੇ ਕੇਸ ਦੇ ਵਿੱਚ ਇੱਕ ਗਵਾਹ ਨੂੰ ਸਮਨ ਕਰਨਾ ਹੈ ਕਿ ਤੂੰ ਆ ਪਈ ਆ ਕਿ ਤੇ ਗਵਾਹੀ ਦੇਣੀ ਹੈ ਬਠਿੰਡੇ ਤੋਂ ਇੱਕ ਪੁਲਿਸ ਕਰਮਚਾਰੀ ਜਾਊਗਾ ਤਲਵੰਡੀ ਦੇ ਇਲਾਕੇ ਤੇ ਤਲਵੰਡੀ ਦੇ ਇਲਾਕੇ ਨੂੰ ਦੇਖਿਆ ਪੈਣ ਹਰਿਆਧਨੇ ਦੇ ਨਾਲ ਲਾਸਟ ਤੇ ਪਿੰਡ ਜਾਂਦੀ ਹੈ ਜੀ ਉਹ ਜਿਹੜਾ ਬੰਦਾ ਇੱਥੋਂ ਜਾਊਗਾ ਖਰਚਾ ਪਾਣੀ ਵੀ ਕਰੂਗਾ ਔਰ ਖਰਚਾ ਪਾਣੀ ਕਰੂਗਾ ਟਾਈਮ ਸਰ ਜਾਊਗਾ ਵੀ ਨਹੀਂ ਜੀ ਅਗਲੀ ਗੱਲ ਇਹ ਕਿ ਜਿਸ ਥਾਣੇ ਦਾ ਕੇਸ ਹੈ ਫਿਰ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਣੇ ਥਾਣੇ ਦਾ ਕੇਸ ਨਿਪਟਾਉਣਾ ਤੇ ਇਹਨੂੰ ਛੇਤੀ ਨਿਪਟਾਈ ਜੀ ਜੇ ਥਾਣੇ ਦੇ ਵਿੱਚ ਸਮਨ ਜਾਣਗੇ ਤੇ ਉਹ ਸਮਨ ਤਮੀਲ ਕਰਾਉਣਗੇ ਜੀ ਮੇਰੇ ਖਿਆਲ ਨੂੰ ਉਹਨਾਂ ਨੂੰ ਦਿਲਚਸਪੀ ਜ਼ਿਆਦਾ ਹੋਊ ਨੇੜੇ ਆਉ ਛੇਤੀ ਕਰਵਾ ਲੈਣਗੇ ਜੀ ਤੇ ਬਠਿੰਡੇ ਦੇ ਵਿੱਚ ਜਿਹੜੇ 20 25 30 ਬੰਦੇ ਲਾਏ ਸੀ ਨੇ ਤਾਂ ਕੋਈ ਲੋੜ ਹੀ ਨਹੀਂ ਜੀ ਐਸਐਸਪੀ ਨੇ ਹੋ ਜਾ ਸਾਰੇ ਸਟਾਫ ਹੈ ਜਿਹੜੇ ਤੋੜਤੇ ਜਿਵੇਂ ਇੱਕ ਸੀਆਈਏ ਸਟਾਫ 1 ਹੋ ਗਿਆ ਸੀਆਈਏ ਸਟਾਫ 2 ਹੋ ਗਿਆ ਇੱਕ ਨਾਲ ਸਪੈਸ਼ਲ ਸਟਾਫ ਲਾਤਾ ਜੀ ਜਿਹਨ ਸਟਾਫ ਦੋ ਪਹਿਲੇ ਹੀ ਹੈਗੇ ਤੇ ਸਪੈਸ਼ਲ ਸਟਾਫ ਦੀ ਕੀ ਲੋੜ ਸੀ ਨਹੀਂ ਉਹ ਸਾਰੇ ਕਰਮਚਾਰੀ ਜਿਹੜੇ ਸੀ ਕਹਿੰਦੇ ਜੀ ਕਰਮਚਾਰੀਆਂ ਦੀ ਘਾਟ ਵੜੀ ਹੈ ਉਹਨਾਂ ਨੂੰ ਸਾਰਿਆਂ ਨੂੰ ਕਢਿਆ ਵਾਰ ਜੀ ਵਾਰ ਕੱਢ ਕੇ ਉਹਨਾਂ ਦੀਆਂ ਲਾਤੀਆਂ ਡਿਊਟੀਆਂ ਵੀ ਜਾਓ ਤੁਸੀਂ ਤੇ ਸਾਰੇ ਥਾਣਿਆਂ ਦੇ ਵਿੱਚ ਐਸਐਸਪੀ ਆਪ ਜਾਂਦੀ ਹੈ ਜੀ ਸਾਰੇ ਥਾਣੇ ਚ ਜਾ ਕੇ ਉੱਥੇ ਇਨਸਪੈਕਸ਼ਨ ਕਰੋ ਫਲਾਣਾ ਕਰੋ ਤਿਮਕਾ ਕਰੋ ਸਾਰਾ ਕੁਝ ਕਰਕੇ ਹੁਕਮ ਦੇਤਾ ਵੀ ਹਰ ਡੀਐਸਪੀ 9 ਬਈ ਦੇ ਨੂੰ ਆਪਣੇ ਦਫ਼ਤਰ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਡੀਐਸਪੀ ਐਸਪੀ ਜੀ ਹਰ ਇੱਕ ਜਿਹੜਾ ਹੈਗਾ ਤੁਹਾਡਾ ਐਸਐਚਓ ਉਹ 8 ਬਈ ਦੇ ਨੂੰ ਆਪਦੇ ਥਾਣੇ ਚ ਹਾਜ਼ਰ ਹੋਣਾ ਚਾਹੀਦਾ ਜੀ ਕਿਸੇ ਵੇਲੇ ਵੀ ਮੈਂ ਚੈਕਿੰਗ ਕਰ ਸਕਦਾ ਹਾਂ ਚੈਕਿੰਗ ਕਰਦੇ ਵੀ ਐਸਐਸਪੀ ਇਥੀ ਵਸ ਨਹੀਂ ਸਗੋ ਐਸਐਸਪੀ ਐਟ ది ਸਪੌਟ ਜੀ ਮੌਕੇ ਤੇ ਜਾਣ ਤੋਂ ਪਹਿਲਾਂ ਟੈਲੀਫੋਨ ਕਰਕੇ ਲੋਕੇਸ਼ਨ ਪੁੱਛਦਾ ਬੰਦੇ ਦੀ ਕੀ ਤੇ ਫਿਰ ਚਲਾ ਗਿਆ ਜੀ ਮਤਲਬ ਉਹੀ ਪੁਲਿਸ ਜਿਹੜੀ ਆਪਦੇ ਆਰਾਮ ਨਾਲ 11 12 ਵਜੇ ਥਾਣੇ ਦੇ ਵਿੱਚ ਆਉਂਦੀ ਸੀ ਤੇ ਹੁਣ ਪੁਲਿਸ ਜਿਹੜੀ ਹੈਗੀ ਇਮੀਡੀਏਟ ਪਹੁੰਚਦੀ ਹੈ ਜੀ ਜੇ ਤੁਸੀਂ ਇਤਲਾਹ ਕਰੋ ਉਹਨਾਂ ਨੂੰ ਨਾਲ ਦੀ ਨਾਲ ਹੀ ਉਹ ਐਕਟਿਵ ਹੋ ਜਾਂਦੀ ਹੈ ਜੀ ਪੁਲਿਸ ਵੀ ਉਹੀ ਹੈ ਸਾਰਾ ਕੁਝ ਉਹੀ ਹੈ ਸਿਰਫ ਤੇ ਸਿਰਫ ਲੀਡਰਸ਼ਿਪ ਚੇਂਜ ਹੋਈ ਹੈ ਮੈਂ ਨਹੀਂ ਕਹਿੰਦਾ ਕਿ ਇਹਦੇ ਨਾਲ ਕੋਈ ਇਹੋ ਜੀ ਸਿਫਤੀ ਤਬਦੀਲੀ ਹੋ ਜੂਗੀ ਇੱਥੇ ਆਰਾਮ ਰਾਜ ਆ ਜਾਊਗਾ ਜੀ ਆ ਰਾਜ ਤਾਂ ਜਿਹੋ ਜਿਹਾ ਹੈ ਉਹੋ ਜਿਹਾ ਹੀ ਰਹੇਗਾ ਪਰ ਘੱਟੋ ਘੱਟ ਲੋਕਾਂ ਨੂੰ ਲਾ ਇਨਫੋਰਸਿੰਗ ਏਜੰਸੀ ਹੈ ਜਿਹੜੀ ਉਹਦੇ ਪ੍ਰਤੀ ਥੋੜੀ ਜੀ ਉਹਨਾਂ ਨੂੰ ਮਤਲਬ ਜਿਹੜੀ ਹੈ ਲਗੋਤਾ ਬੰਦ ਹੈ ਨਾ ਅਗਲੇ ਕਹਿੰਦੇ ਪੁਲਿਸ ਕੋਲੇ ਚਲੀਏ ਪੁਲਿਸ ਆਪਣਾ ਕੁਝ ਕਰੂਗੀ ਜੀ ਹੁਣ ਇੱਥੇ ਮੈਂ ਦੇਖਿਆ ਪਿਛਲੇ ਐਸਐਸਪੀ ਵੇਲੇ ਕਿ ਦੋ ਵੱਡੀਆਂ ਮਾਰਦਾ ਤਾਂ ਹੋਈਆਂ ਜੀ ਮੇਲਾ ਬਹੁਤ ਵੱਡਾ ਇੱਕ ਮਤਲਬ ਸਿਗਾ ਕਾਰੋਬਾਰੀ ਬੰਦਾ ਸੀ ਔਰ ਉਹ ਮਾਲ ਰੋਡ ਦੀ ਜਿਹੜੀ ਮਾਰਕੀਟ ਹੈ ਉਹਦਾ ਪ੍ਰਧਾਨ ਸੀ ਜੀ ਉਹ ਬੰਦੇ ਨੂੰ ਦਿਨੇ ਦਿਹਾੜੇ ਗੋਲੀਆਂ ਨਾਲ ਮਾਰਦਾ ਗੋਲੀਆਂ ਨਾਲ ਮਾਰਨ ਤੋਂ ਬਾਅਦ ਉਹ ਦੀ ਡੈੱਡ ਬਡੀ ਹਸਪੀਟਲ ਚ ਪਹੁੰਚ ਗਈ ਉੱਥੇ ਛੋਟੇ ਮੁਲਾਜ਼ਮਾਂ ਦਾ ਤਰਫ਼ ਫਿਰਦੇ ਪਰ ਐਸਐਸਪੀ ਮੁੱਕੇ ਤੇ ਨਹੀਂ ਪਹੁੰਚੀ ਜੀ ਇਮੇਜ ਵਿੱਚ ਤੁਸੀਂ ਦੇਖਿਆ ਹੋਣਾ ਸੀਪਲ ਦੇ ਕੋਲੇ ਇੱਕ ਹੋਟਲ ਦੇ ਵਿੱਚ ਸੀਪਲ ਹੋਟਲ ਦੇ ਕੋਲੇ ਇੱਕ ਕਤਲ ਹੋ ਗਿਆ ਜੀ ਉੱਥੇ ਕੋਈ ਵੱਡਾ ਸੀਨੀਅਰ ਅਫਸਰ ਨਹੀਂ ਪਹੁੰਚਿਆ ਐਸਐਸਪੀ ਆਮ ਤੌਰ ਤੇ ਹਿੱਜੇ ਥਮਤੇ ਆਮ ਪਹੁੰਚਦੇ ਲੇਕਿਨ ਹਰਮਨਬੀਰ ਹੋਰੀ ਪਹੁੰਚਦੀ ਜੀ ਜਦੋਂ ਐਸਐਸਪੀ ਆਪ ਜਾਊਗਾ ਤਾਂ ਹੇਟਲੀ ਪਰਸਨਲ ਦੀ ਨਾਲ ਖਿੱਚੀ ਜਾਊਗੀ ਜੀ ਸੋ ਕੁਲਮ ਲਾ ਕੇ ਮੇਰੇ ਖਿਆਲ ਮੁਤਾਬਕ ਮੈਂ ਦੋ ਹਫ਼ਤੇ ਤੱਕ ਜਿਹੜੀ ਆਪਾਂ ਸ਼ਹਿਰ ਚ ਰਹਿੰ ਬਿਲਕੁਲ ਕਿ ਯਾਰ ਕੁਛ ਨਾ ਕੁਛ ਤਾਂ ਹੋਇਆ ਹੈ ਤਬਦੀਲੀ ਤਾਂ ਹੋਈ ਹੈ ਹੁਣ ਤੁਸੀਂ ਦੇਖੋ ਕਿ ਰੇਲਵੇ ਸਟੇਸ਼ਨ ਸੰਗਰੂਰ ਤੋਂ ਸੋਨਾ ਖੋਇਆ ਜੀ ਸੰਗਰੂਰ ਵਾਲੀ ਪੁਲਿਸ ਬਰਾਮਦ ਨਹੀਂ ਕਰ ਸਕੀ ਉਹੀ ਪੁਲਿਸ ਹੈ ਬਰਾਮਦ ਕਿਵੇਂ ਕਰ ਲਿਆ ਇਮੀਡੀਏਟ ਨਾਲ ਦੀ ਨਾਲ ਉਹ ਐਕਟਿਵ ਹੋਏ ਉਹਨਾਂ ਨੇ ਚਲੋ ਠੀਕ ਹੈ ਕਹਿੰਦੇ ਹਲੇ ਅਸੀਂ ਬੰਦੇ ਨਹੀਂ ਫੜੇ ਜਦੋਂ ਬੰਦੇ ਫੜ ਲੇ ਸਾਰਾ ਕੁਝ ਤੁਹਾਨੂੰ ਦੱਸ ਦਿਆਂਗੇ ਪਰ ਬੰਦਿਆਂ ਦੀ ਜਿਹੜੀ ਹੈਗੀ ਹੈ شناخت ਵੀ ਦੱਸ ਦਾਂਗੇ ਪੁੱਛਿਆ ਵੀ ਅੱਜ ਪ੍ਰੈਸ ਕੰਫਰੰਸ 'ਚ ਵੀ ਕੀ ਉਹ ਪੁਲਸ ਵਾਲੇ ਕਹਿੰਦੇ ਹਾਂ ਵਰਦੀਆਂ ਵਾਲੇ ਸੀ ਪਰ ਪੁਲਿਸ ਕਿਹੜੀ ਹੈ ਜੇਲ੍ਹ ਪੁਲਿਸ ਹੈ ਉਹ ਥੋੜੀ ਸੀਆਰਪੀ ਆ ਬੀਐਸਐਫ ਆ ਨਹੀਂ ਅਸੀਂ ਤੁਹਾਨੂੰ ਦੱਸਦੇ ਜੀ ਤੇ ਮੇਰੇ ਖਿਆਲ ਮੁਤਾਬ ਕੁੱਲ ਮਿਲਾ ਕੇ ਜੇ ਸਾਰੇ ਅਫਸਰ ਇਸ ਤਰ੍ਹਾਂ ਕਰ ਲੈਂਡ ਆਰਡਰ ਦੀ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਹਾਲਤ ਹੈ ਉਹ ਬੜੀ ਮਾੜੀ ਹੈ ਬਿਲਕੁਲ ਜੀ ਔਰ ਉਹੀ ਲੈਂਡ ਆਰਡਰ ਦੀ ਹਾਲਤ ਨੂੰ ਸੁਧਾਰਿਆ ਹੀ ਤਾਂ ਜਾ ਸਕਦਾ ਹੈ ਜੇ ਜਿਹੜੇ ਜ਼ਿਲ੍ਹੇ ਦੇ ਅਫਸਰ ਹੈ ਜੀ ਉਹ ਸਿਰਫ ਤੇ ਸਿਰਫ ਇਹ ਮੋਟੀਆਂ ਤਨਖਾਹਾਂ ਲੈਣ ਤੁਸੀਂ ਦੇਖਿਆ ਨਾ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਲਾਈਨ ਦੇ ਵਿੱਚ ਐਸਐਸਪੀ ਸਭ ਗਏ ਸੀ ਜੀ ਮੈਂ ਕਈ ਟੀਵੀ ਚੈਨਲਾਂ ਦੇ ਉੱਤੇ ਲੋਕਾਂ ਨੂੰ ਬੋਲਦੇ ਸੁਣਿਆ ਉੱਥੇ ਜਾ ਕੇ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਇਨਨ ਨੇ ਕਹਿ ਕੇ ਇੱਕ ਡੀਐਸਪੀ کئی ਲੱਖ ਰੁਪਏ ਚ ਪੈਂਦਾ ਹੈ ਬਿਲਕੁਲ ਜੀ ਮੈਂ پتہ ਨਹੀਂ ਕਿਦਾ ਐਸਐਸਪੀ ਕਿੰਨੇ ਲੱਖ ਰੁਪਏ ਚ ਪੈਂਦਾ ਹੈ ਇਹ ਪੈਸਾ ਕਿਹਦਾ ਲੋਕਾਂ ਦਾ ਪੈਸਾ ਜਿਸ ਤੋਂ ਤੁਹਾਨੂੰ ਤਨਖਾਹ ਮਿਲਦੀ ਹੈ ਤੁਸੀਂ ਪੈਸਾ ਤੁਹਾਡੇ ਤੇ ਇੰਨਾ ਲੋਕਾਂ ਦਾ ਪੈਸਾ ਖਰਚ ਹੋ ਰਿਹਾ ਤੇ ਤੁਸੀਂ ਤੋਂ ਮੰਗਦੇ ਕੀ ਹੈ ਸੁਰੱਖਿਆ ਬਿਲਕੁਲ ਤੁਸੀਂ ਸੁਰੱਖਿਆ ਕਿਉਂ ਨਹੀਂ ਪ੍ਰੋਵਾਈਡ ਕਰ ਸਕਦੇ ਪਰੇਡ ਨਹੀਂ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਪਰੇਡ ਬੰਦ ਸੀ ਪਰੇਡਾਂ ਕਿਉਂ ਨਹੀਂ ਸ਼ੁਰੂ ਕਰਵਾਈਏ ਜੀ ਥਾਣਿਆਂ ਦੇ ਵਿੱਚ ਇਨਸਪੈਕਸ਼ਨਾਂ ਬੜੀਆਂ ਜ਼ਰੂਰੀ ਹੁੰਦੀਆਂ ਜੀ ਇਨਸਪੈਕਸ਼ਨ ਦਾ ਮਤਲਬ ਕਿ ਮੰਥਲੀ ਇਨਸਪੈਕਸ਼ਨਾਂ ਹੁੰਦੀਆਂ ਫਿਰ ਜਿਹੜੀ ਹੈ ਸਲਾਨਾ ਇਨਸਪੈਕਸ਼ਨ ਇਨਸਪੈਕਸ਼ਨ ਦੀ ਐਨ ਇਨਸਪੈਕਸ਼ਨ ਜਿਹੜੀ ਕਾਗਜ਼ ਪਤਰਾ ਚ ਹੁੰਦੀ ਹੈ ਜੀ ਆਪਣੇ ਥਾਣਾ ਦਿয়ালਪੁਰਾ ਦਿয়ালਪੁਰਾ ਥਾਣੇ ਦੇ ਵਿੱਚੋਂ ਕਿੰਨੇ ਵੈਪਨ ਜਿਹੜੇ ਹੈਗੇ ਗਾਇਬ ਹੋ ਗਏ ਬਿਲਕੁਲ ਵੈਪਨ ਉਹ ਹੈ ਜਿਹੜੇ ਸਰਕਾਰੀ ਨਹੀਂ ਹੈਗੇ ਪ੍ਰਾਈਵੇਟ ਵੈਪਨ ਨੇ ਜੀ ਉਹ ਜਾਂਦਾ ਕੇਸ ਪ੍ਰੋਪਰਟੀ ਹੈ ਤੇ ਜਾਨ ਜਿਹੜੀ ਆਮਾਨਤ ਲੋਕਾਂ ਦੀ ਪਈ ਵੀ ਹੈ ਜੀ ਉਹ ਉੱਥੋਂ ਸਾਰੇ ਗਾਇਬ ਹੋ ਗਏ ਜੇ ਉਹਨਾਂ ਦੀ ਵਕਸਰ ਇਨਸਪੈਕਸ਼ਨ ਹੋਈ ਹੁੰਦੀ ਉਦੋਂ ਪਤਾ ਲੱਗਦਾ ਜੇ ਪਹਿਲਾ ਵੈਪਨ ਗਾਇਬ ਹੋ ਗਿਆ ਸੀ ਕੋ ਪਿਸਤੌਲ ਵੀ ਗਾਇਬ ਹੋ ਗਿਆ ਜੇ ਉਹਦੀ ਨਾਲ ਦੀ ਨਾਲ ਇਨਸਪੈਕਸ਼ਨ ਹੁੰਦੀ ਤਾਂ ਮੇਰੇ ਖਿਆਲ ਵੀ ਹੋਰ ਜਿਹੜਾ ਬੰਦਾ ਇਹ ਕੰਮ ਕਰਨ ਵਾਲਾ ਬੰਦਾ ਸੀ ਕਾਲੀਆਂ ਭੇਡਾਂ ਸੀ ਉਹਨਾਂ ਨੂੰ ਉਹਦੇ ਹੀ ਕਾਬੂ ਕੀਤਾ ਹੁੰਦਾ ਬਿਲਕੁਲ ਜੀ ਸੋ ਮੇਰੇ ਖਿਆਲ ਮੁਤਾਬਕ ਹੈ ਵੀ ਇਹ ਜਿਹੜਾ ਜਿਸ ਢੰਗ ਦੇ ਨਾਲ ਇੱਕ ਜਿਹੜੀ ਵਿਅਕਤੀਗਤ ਭੂਮਿਕਾ ਨਾ ਕਿਸੇ ਅਫਸਰ ਦੀ ਉਹ ਬੜਾ ਮੈਟਰ ਕਰਦੀ ਹੈ ਬਿਲਕੁਲ ਔਰ ਉਹ ਬਠਿੰਡੇ ਦਾ ਜਿਹੜਾ ਹੈਗਾ ਮੇਰਾ ਖਿਆਲ ਵੀ ਆ ਮਸਾਲਾ ਆਪਣੇ ਸਾਹਮਣੇ ਹੈ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਨੁਕਸਾਨੀ ਦਾ ਨੁਕਸਾਨ ਹਰ ਉਹ ਬੰਦਾ ਜਿਹੜਾ ਪੈਦਾ ਹੋਇਆ ਜਿੰਨੀ ਦੇਰ ਤੱਕ ਉਹ ਮਰਦਾ ਨਹੀਂ ਉਹ ਸੰਪੂਰਨ ਨਹੀਂ ਹੁੰਦਾ ਜੀ ਹਰ ਬੰਦੇ ਤੋਂ ਗਲਤੀਆਂ ਵੀ ਹੋ ਜਾਂਦੀਆਂ ਹਰ ਮਨ ਬੀਰੋ ਨਾਲ ਤੋਂ ਵੀ ਗਲਤੀਆਂ ਹੋਗੀਆਂ ਹੋਣਗੀਆਂ ਹੋ ਵੀ ਸਕਦੀਆਂ ਲਿਕਨੇ ਕਬ ਇੱਕ ਜਿਹੜੀ ਇੱਕ ਕਪਤਾਨ ਦੀ ਭੂਮਿਕਾ ਹੈ ਜੀ ਉਹ ਕਪਤਾਨ ਦੀ ਭੂਮਿਕਾ ਮੈਂ ਕੋਈ ਬੜਾਈ ਨਹੀਂ ਕਰਦਾ ਮੈਂ ਜੋ ਲੋਕਾਂ ਦੇ ਵਿੱਚ ਗੱਲ ਆ ਰਹੀ ਹੈ ਆਪਾਂ ਉਹ ਗੱਲ ਕਰਦੇ ਹਾਂ ਕਿ ਉਹਦੀ ਨਾ ਚੰਗੀ ਜਿਹੜੀ ਹੈਗੀ ਹੈ ਪਰਤ ਬਣੀ ਹੋਈ ਹੈ ਜੀ ਬਿਲਕੁਲ ਜੀ ਦੂਜੀ ਜਿਹੜੀ ਖਬਰ ਹੈ ਜੀ ਮੈਰੀਟੋਰੀਅਸ ਸਕੂਲ ਸੰਗਰੂਰ ਦੀ ਹੈ ਜੀ ਕਹਿੰਦੇ ਬਿਮਾਰ ਹੋਏ ਸੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਕੀ ਸੀ ਪੂਰਾ ਮਾਮਲਾ ਢਿੱਲੋ ਸਾਹਿਬ ਦੇਖੋ ਗੱਲ ਇਹ ਹੈ ਜੀ ਗੱਲ ਜਿਹੜਾ ਬਹੁਤ ਸ਼ਰਮਨਾਕ ਹੈ ਮਾਮਲਾ ਕਿਉਂਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਅਜੰਡਾ ਹੈ ਜੀ ਇਹਨਾਂ ਨੇ ਦਿੱਲੀ ਵਾਲਾ ਅਜੰਡਾ ਜਿਹੜਾ ਹੈਗਾ ਉਹ ਅਪਣਾਇਆ ਹੋਇਆ ਹੈ ਜੀ ਆਮ ਤੌਰ ਦੇ ਉੱਤੇ ਆਪਾਂ ਦੇਖਿਆ ਕਹਿੰਦੇ ਵੀ ਇਹ ਪਾਰਟੀ ਇਹ ਹੁੰਦੀ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆ ਗਏ ਤੇ ਦੋ ਚੀਜ਼ਾਂ 'ਤੇ ਅਸੀਂ ਸਪੈਸ਼ਲ ਧਿਆਨ ਦੇਵਾਂਗੇ ਇੱਕ ਲੋਕਾਂ ਦੀ ਹੈਲਥ ਜੀ ਤੇ ਦੂਜੀ ਐਜੂਕੇਸ਼ਨ ਹੈਲਥ ਤੇ এডੂਕੇਸ਼ਨ ਸਾਡਾ ਜਿਹੜੇ ਹੈਗੇ ਪਰਾਇਟੀ ਹੋਊਗੀ ਦਿੱਲੀ ਦੇ ਵਿੱਚ ਸ਼ੁਰੂ-ਸ਼ੁਰੂ ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੇਜਰੀਵਾਲ ਮੁੱਖ ਮੰਤਰੀ ਬਣੇ ਜੀ ਉਦੋਂ ਆਪਾਂ ਦਿੱਲੀ ਜਾਂਦੇ ਰਹੇ ਦਿੱਲੀ ਦੇ ਆਟੋ ਰਿਕਸ਼ਾ ਵਾਲਿਆਂ ਨਾਲ ਆਮ ਲੋਕਾਂ ਨਾਲ ਗੱਲ ਕਰਦੇ ਹੁ ਕਦੇ ਸੀ ਜੀ ਹਾਂ ਬਹੁਤ ਵਧੀਆ ਕੰਮ ਕੀਤਾ ਜੀ ਬਿਜਲੀ ਜਿਹੜੀ ਹੈਗੀ ਹੈ ਉਹ ਸਸਤੀ ਹੋ ਗਈ ਬਿਜਲੀ ਫ੍ਰੀ ਕਰਤੀ ਕੁਝ ਲੋਕਾਂ ਨੂੰ ਪਾਣੀ ਵਗੈਰਾ ਵੀ ਦਿੱਤਾ ਗੱਲ ਚੰਗੀ ਸੀ ਜੀ ਜੇ ਉੱਥੇ ਗੱਲ ਚੰਗੀ ਸੀ ਤਾਂ ਉਹਦਾ ਨਤੀਜਾ ਇਹ ਹੋਇਆ ਕਿ 2014 ਦੇ ਵਿੱਚ ਪਾਰਲੀਮੈਂਟ ਦੀਆਂ 4 ਸੀਟਾਂ ਸੀ ਇਹਨਾਂ ਕੋਲੇ ਚਾਰੇ ਦੀਆਂ ਚਾਰੇ ਪੰਜਾਬ ਤੋਂ ਕਗਾਂ ਸੀ ਜੀ ਚਾਰ ਸੀਟਾਂ ਇਹ ਤੋਂ ਆਵਾਮੀ ਪਾਰਟੀ ਜਿੱਤ ਗਈ ਸੀ ਦੋ ਹਾਰ ਗਈ ਸੀ ਉਸ ਤੋਂ ਬਾਅਦ ਆ ਗਈ 17 ਦੀ ਇਲੈਕਸ਼ਨ 17 ਦੀ ਇਲੈਕਸ਼ਨ ਮੇਰੇ ਟਿਕਟਾਂ ਦੀ ਵੰਡ ਇਹਨਾਂ ਨੇ ਕੁਛ ਇਹੇ ਜਿਹੀ ਕੀਤੀ ਜਾਂ ਇਹਨਾਂ ਦੇ ਲੀਡਰ ਕੁਛ ਇਥੇ ਇਹੋ ਜਿਹੀ ਆਏ ਸੀ ਜਿਨ੍ਹਾਂ ਨੇ ਗੰਦ ਐਨਾ ਪਤਾ ਇਹਨਾਂ ਦੀ ਗੱਲ ਬੜੀ ਨਹੀਂ ਜੀ 22 ਦੇ ਵਿੱਚ ਲੋਕ ਐਨੇ ਅੱਕੇ ਪਏ ਸੀ ਕਿ ਕਾਲਾ ਚੋਰ ਆ ਦੇ ਭਾਵੇਂ ਤੇ ਕਾਲੀ ਤੇ ਕਾਂਗਰਸੀ ਨਹੀਂ ਰਹਿਣ ਦੇ ਨੇ ਲੋਕਾਂ ਨੇ ਪੜਕਾ ਕੇ ਪਰੇ ਮਰੇ ਬਿਲਕੁਲ ਤੇ 92 ਸੀਟਾਂ ਦੇ ਦਿੱਤੀਆਂ ਇਹਨਾਂ ਨੂੰ 92 ਹੀਰੇ ਜੀ ਖੈਰ ਉਹ ਹੀਰੇ ਜਿਹੋ ਜਿਹੇ ਹੈਗੇ ਉਹ ਆਪਣੀ ਥਾਂ ਦੇ ਉੱਤੇ ਗੱਲ ਹੈ ਪਰ ਵੱਡੀ ਗੱਲ ਇਹ ਕਿ ਹੈ ਜਿਹੜੀਆਂ ਸਵਾਮਾਂ ਜਿਹੜੀਆਂ ਇਹਨਾਂ ਨੇ ਇਹ ਜੀ ਉਹਦਾ ਹਾਲ ਕੀ ਹੈ ਇਹ ਜਿਹੜੇ ਮੇਰੇ ਟਰੀਰੀ ਸਕੂਲ ਹੈਗੇ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸ਼ੁਰੂ ਕੀਤੇ ਸੀ ਜੀ ਇਹਨਾਂ ਦਾ ਮਕਸਦ ਜੇ ਆਪਾਂ ਦੇਖੀਏ ਮੈਂ ਉਹ ਤੋਂ ਵੀ ਪਛਾਣ ਜਾਊਂਗਾ ਤੁਹਾਡੇ ਯਾਦ ਹੋਣਾ ਹੈ ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦੇ ਸੀ ਮਿਸਟਰ ਐਸ ਐਸ ਬੋਪਰਾਏ ਜੀ ਸਵਰਨ ਸਿੰਘ ਬੋਪਰਾਏ ਜਿਹੜੇ ਪੰਜਾਬ ਦੇ ਇੱਕ ਆਈਐਸ ਅਫਸਰ ਸੀ ਜੀ ਅਰੇ ਬੋਪਰਾਏ ਸਾਹਿਬ ਬਰ ਮੈਂ ਥੋੜੀ ਜੀ ਜਾਣਕਾਰੀ ਦੇ ਡਾਕਟਰ ਸੋਨ ਸਿੰਘ ਜਿਹੜੇ ਇੱਕ ਪੰਥਕ ਕਮੇਟੀ ਦੇ ਮੁਖੀ ਹੁੰਦੇ ਸੀ ਉਹਨਾਂ ਦੇ ਸੁਪੁੱਤਰ ਹੈ ਜੀ ਹੁਣ ਤਾਂ ਮੇਰੇ ਖਰੜ ਬਹੁਤ ਜ਼ਿਆਦਾ ਬਜ਼ੁਰਗ ਹੋ ਗਏ ਹੋਣਗੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਵੇਲੇ ਉਹ ਵਾਈਸ ਚਾਂਸਲਰ ਲੱਗੇ ਸੀ ਤੇ ਉਦੋਂ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਸੀ ਜੀ ਉਹਨਾਂ ਨੇ ਗੱਲ ਇਹ ਕੀਤੀ ਸੀ ਕਿ ਜਿਹੜੇ ਬੱਚੇ ਪਿੰਡਾਂ ਚ ਪੜਨ ਵਾਲੇ ਬੱਚੇ ਐ ਤੇ ਜੀਨियस ਐ ਇੰਟੈਲੀਜੈਂਟ ਬੱਚੇ ਐ ਉਹਨਾਂ ਬੱਚਿਆਂ ਨੂੰ ਨਾ ਤਾਂ ਗਾਈਡੈਂਸ ਪ੍ਰੋਪਰ ਮਿਲਦੀ ਐ ਤੇ ਨਾ ਉਹਨਾਂ ਨੂੰ ਮਤਲ ਜਿਹੜੀ ਹੈਗੀ ਐ ਉਹਨਾਂ ਦੇ ਮਾਪਿਆਂ ਕੋਲੇ ਐਨੀ ਪੂੰਜੀ ਐ ਕਿ ਉਹਨਾਂ ਨੂੰ ਚੰਗੀ ਵਿੱਦਿਆ ਦਵਾ ਸਕਣ ਉਹ ਪਲੇਟਫਾਰਮ ਨਹੀਂ ਮਿਲਦਾ ਪਲੇਟਫਾਰਮ ਨਹੀਂ ਮਿਲ ਸਕਦਾ ਤੇ ਫਿਰ ਉਹਨਾਂ ਨੇ ਇੱਕ ਹਿੰਮਤ ਕੀਤੀ ਸੀ ਕਿ ਤਲਵੰਡੀ ਸਾਬੋ ਦੇ ਵਿੱਚੋਂ ਉਹਨਾਂ ਨੇ ਇੱਕ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਸੀ ਯੂਨੀਵਰਸਿਟੀ ਕਾਲਜ ਸੀ ਉਹ ਯੂਨੀਵਰਸਿਟੀ ਦਾ ਕਾਲਜ ਸੀ ਬਿਲਕੁਲ ਉਹਦੇ ਲਈ ਭੋਪਰਾਇ ਜੀ ਸਾਹਿਬ ਜਿਹੜੇ ਬਾਹਰ ਗਏ ਵਿਦੇਸ਼ਾਂ ਚ ਗਏ ਉਹਨਾਂ ਨੇ ਜਾ ਕੇ ਲੋਕਾਂ ਦੇ ਸਾਹਮਣੇ ਝੋਲੀ ਏ ਡੀ ਵੀ ਭਾਈ ਤੁਸੀਂ ਐ ਕਰੂ ਇੱਕ ਇੱਕ ਤੋਂ ਦੋ ਦੋ ਬੱਚੇ ਅਡਾਪਟ ਕਰੋ ਜੀ ਔਰ ਵਿਦੇਸ਼ਾਂ ਦੇ ਵਿੱਚੋਂ ਕਈ ਬੰਦੇ ਨੇ ਅਡਾਪਟ ਕੀਤੇ ਵੀ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਇੱਕ EMPLOYEES ਜਥੇਬੰਦੀ ਸੀ ਉਹ ਦੇ ਪ੍ਰਧਾਨ ਹੁੰਦੇ ਸੀ ਰੂ ਜੀ ਪਿੰਡ ਸੀ ਉਹਨਾਂ ਦਾ ਮੇਰੇ ਖਿਆਲ ਮੁਤਾਬਕ ਸੇਲਵਰਾ ਜੀ ਤੇ ਉਹ ਇੱਕ ਵਾਰੀ ਇੱਥੇ ਆਈ ਸੀ ਮੈਨੂੰ ਉਦੋਂ ਮਿਲਣ ਦਾ ਮੌਕਾ ਮਿਲਿਆ ਉਹਨਾਂ ਟੀਚਰ ਹੋਮ ਦੇ ਵਿੱਚ ਉਹਨਾਂ ਨੇ ਵੀ ਇੱਕ ਜਾਂ ਦੋ ਬੱਚੇ ਅਡਾਪਟ ਕੀਤੇ ਸੀ ਜੀ ਮਤਲਬ ਉਹ ਅਡਾਪਟ ਕਰਨਾ ਕੀ ਹੈ ਕਿ ਭਾਈ ਤੁਸੀਂ ਇਹਨਾਂ ਦੀ ਜਿਹੜੀ ਹੈ ਨਾ ਫੀਸ ਸਾਰੀ ਤੁਸੀਂ ਦੇਣੀ ਹੈ ਜੀ ਜਿਹੜਾ ਖਰਚ ਹੈ ਉਹ ਫੀਸ ਸਾਰੀ ਉਹ ਦਿੰਦੇ ਸੀ ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਅਡਾਪਟਰ ਕੀਤੇ ਸੀ ਜੀ ਫਿਰ ਜਿਹੜੇ ਬਾਬੇ ਆ ਜਿਹੜੇ ਆ ਬਖ ਬਖ ਬਾਬੇ ਆ ਬਖ ਬਖ ਜਿਹੜੇ ਸੰਪਰਦਾਵਾਂ ਸੰਪਰਦਾਮਾਲੇ ਇਹਨਾਂ ਨੂੰ ਜਾ ਕੇ ਡਾਕਟਰ ਬੋਪਰਾਏ ਮਿਲੇ ਵੀ ਤੁਸੀਂ ਭਾਈ ਖੁਸ਼ ਕਰੋ ਇਹਨਾਂ ਨੇ ਵੀ ਕੀਤਾ ਜੀ ਤਾਂ ਉਹਦੇ ਨਾਲ ਕੀ ਹੋਇਆ ਸੀ ਜਲਵੀਰ ਜੀ ਕਿ ਉਹ 10ਵੀਂ ਪਾਸ ਮੁੰਡੇ ਜਿਹੜੇ ਬਹੁਤ ਇੰਟੈਲੀਜੈਂਟ ਸੀ ਉਹਨਾਂ ਦੇ ਦੇਖਦੇ ਤੇ ਉਹਨਾਂ ਨੂੰ ਚੁੱਕਦੇ ਉਹਨਾਂ ਨੂੰ ਚੁੱਕ ਕੇ ਲਿਆ ਕੇ ਤੇ ਪਹਿਲੀ ਪਲੱਸ 1 ਤੇ ਪਲੱਸ 2 ਦੇ ਵਿੱਚ ਉਹ ਕਰਾਉਂਦੇ ਅੰਗਰੇਜ਼ੀ ਦੀ ਉਹਨਾਂ ਨੂੰ ਪੂਰੀ ਮਹਾਰਤ ਕਰਾਉਂਦੇ ਜੀ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਤੋਤੇ ਬਣਾ ਕੇ ਤੇ ਫਿਰ ਉਹ ਇੰਜੀਨੀਅਰਿੰਗ ਕਾਲਜ ਦੇ ਵਿੱਚ ਦਾਖਲਾ ਦੇ ਦਿੰਦੇ ਜੀ ਉਨਨਾਲਿਕ ਉਹ ਇਕਰਾਰਨਾਮਾ ਕਰ ਲੈਂਦੇ ਸੀ ਕਿ ਭਾਈ ਜਦੋਂ ਤੈਨੂੰ ਨੌਕਰੀ ਮਿਲ ਗਈ ਜਿਹੜਾ ਖਰਚਾ ਤੇਰੇ ਤੇ ਹੋਇਆ ਵੈ ਇਹ ਖਰਚਾ ਤੂੰ ਕਿਸ਼ਤਾਂ ਰਾਹੀਂ ਮੋੜੇਗਾ ਤਾਂ ਕਿ ਨਵੇਂ ਜਿਹੜੇ ਬੱਚੇ ਆਉਣ ਉਹਨਾਂ ਦੀ ਪੜ੍ਹਾਈ ਦਾ ਨਿਕਲਦੀ ਦਰਜ ਤੇ ਸਟੂਡੈਂਟ ਲੋਨ ਹੋ ਗਿਆ ਮਤਲਬ ਉਹ ਸਟੂਡੈਂਟ ਲੋਨ ਹੋ ਗਿਆ ਮਤਲਬ ਇਸ ਤਰ੍ਹਾਂ ਦਾ ਗੱਲ ਹੈ ਵੀ ਨਾ ਕਾਹੂ ਆਪਣਾ ਕੋਈ ਭੋਜ ਨਾ ਪਵੇ ਕਿਸੇ ਤੇ ਕੋਈ ਵਿਆਜ ਨਹੀਂ ਬੱਟੂ ਨਹੀਂ ਲੈਣੀ ਦੇਣੀ ਜਿੰਨੇ ਪੈਸੇ ਭਾਈ ਤੇਰੇ ਤੇ ਖਰਚ ਹੋਇਆ ਉਹਨੇਕ ਤੂੰ ਆਪਦੀ ਤਨਖਾਹ ਦੇ ਵਿੱਚੋਂ ਕੱਟ ਕੇ ਕਟਾਈ ਜਾਈ ਜੀ ਇਹ ਫਾਰਮੂਲਾ ਬੜਾ ਵਧੀਆ ਰਿਹਾ ਸੀ ਜਿਹੜੇ ਹੈਗੇ ਆਪਣੇ ਥੁਕ ਬੜੇ ਮੁੰਡੇ ਕਾਬ ਦੇ ਕਾਬਿਲ ਐ ਜਿਨ੍ਹਾਂ ਦੇ ਵਿੱਚੋਂ ਕਈ ਤਾਂ ਮੇਰੇ ਖਿਆਲ ਵਿੱਚ ਐਸਐਸਪੀ ਰੈਂਕ ਤੱਕ ਵੀ ਪਹੁੰਚ ਗਏ ਜੀ ਇੱਥੇ ਬੜੇ ਬੰਦੇ ਪੜੇ ਹੋਏ ਸੀ ਤਾਂ ਇਹ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੀਤਾ ਸੀਗਾ ਕਿ ਜਿਹੜੇ ਹੈਗੇ ਆ ਬੱਚਿਆਂ ਨੂੰ ਚੱਕੋ ਤੁਸੀਂ ਤੇ ਇੱਥੇ ਪੜਾਓ ਜਿਹੜੇ ਬੱਚੇ ਪ੍ਰਾਇਮਰੀ ਦੇ ਵਿੱਚ ਉਹਨਾਂ ਦੇ ਚੰਗੇ ਨੰਬਰ ਹੋਣ ਜੀ ਉਹਨਾਂ ਦੇ ਰਹਿਣ ਸਹਿਣ ਦੀ ਵੀ ਸਾਰੀ ਜਿਹੜੀ ਹੈਗੀ ਜ਼ਿੰਮੇਵਾਰੀ ਸਟੇਟ ਦੀ ਹੋਊਗੀ ਸਟੇਟ ਹੀ ਉਹਨਾਂ ਦੀ ਫੀਸਾਂ ਦੇਊਗੀ ਇੱਥੇ ਉਹ ਲੰਗਰ ਪਾਣੀ ਛਕਣਗੇ ਸਾਰਾ ਛਕਣਗੇ ਅਰ ਸਾਡੇ ਇੱਥੇ ਅੱਜ ਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਹੈ ਜਿੱਥੇ ਐ ਮੈਰਿਟੋਰੀਅ ਸਕੂਲ ਚੱਲ ਮੇਰੇ ਖਲਮ ਤਾਂ 1000 ਤੋਂ ਬਾਅਦ ਉੱਥੇ ਬੱਚੇ ਆ ਤੇ ਉਹਨਾਂ ਦਾ ਕੰਮ ਬਹੁਤ ਵਧੀਆ ਜੀ ਇਦਾਂ ਹੀ ਇੱਕ ਸੰਗਰੂਰ ਦੇ ਵਿੱਚ ਵੀ ਚੱਲਦਾ ਸੀ ਸਕੂਲ ਜੀ ਹੁਣ ਪਤਾ ਨਹੀਂ ਕਿੰਨੇ ਚਿਰ ਦਾ ਉਹ ਤਾਂ ਪ੍ਰਕਾਸ਼ ਸਿੰਘ ਬਾਦਲਵਾਲ ਦੇ ਦਆ ਬਣਾਇਆ ਹੋਇਆ ਉਹੀ ਸਕੂਲ ਹੈ ਤੇ ਇਹਨਾਂ ਨੇ ਆ ਕੇ ਇੱਕ ਨਵੀਂ ਗੱਲ ਕਰਤੀ ਸੀ ਕਿ ਅਸੀਂ ਐਮੀਨੈਂਸ ਸਕੂਲ ਬਣਾਉਣੀ ਹੈ ਜੀ ਉਸ ਉਹਦੀ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਸ਼ੇਰਟਾ ਤੋਂ ਜੀ ਤੇ ਉਹ ਐਮੀਨੈਂਸ ਸਕੂਲ ਸੀ ਕਿ ਹੋ ਜਾ ਉਹਦੇ ਵਿੱਚ ਬੱਲੇ ਬੱਲੇ ਕੀਤੀ ਬਹੁਤ ਵੱਡਾ ਕੱਟ ਕੀਤਾ ਉੱਥੇ ਕੇਜਰੀਵਾਲ ਸਾਹਿਬ ਵੀ ਆਏ ਸੀ ਪਰ ਬਾਅਦ ਦੇ ਵਿੱਚ ਜਦੋਂ ਉਹਦਾ ਭਾਂਡਾ ਫੋੜ ਤਾ ਕਮਬਦੀ ਪ੍ਰਤਾਪ ਸਿੰਘ ਹੋਰਾਂ ਨੇ ਜੀ ਡਾਕਟਰ ਨਿਦਰ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਉਹਨਾਂ ਨੇ ਕਿਹਾ ਤੇ ਸਤਪਾਲ ਡਾਂਗਵੇਲੇ ਦਾ ਬਣਿਆ ਹੋਇਆ ਸਕੂਲ ਜੀ ਉਹਨਾਂ ਨੇ ਇਹ ਸਕੂਲ ਬਣਵਾਇਆ ਸੀ ਔਰ ਇਸ ਸਕੂਲ ਦੀ ਤਾਂ ਹਾਲਤ ਬਹੁਤ ਵਧੀਆ ਜਿਹਦਾ ਪਹਿਲਾਂ ਹੀ ਐਮੀਨੈਂਸ ਬਣੇ ਹੋਏ ਇਹਦੇ ਤੁਸੀਂ ਕੀ ਕਰਤਾ ਕਲਾਚਾ ਰੰਗ ਰੋਗ ਨਾਲ ਹੀ ਨਾ ਗੱਲ ਬਣਦੀ ਜੀ ਉਹਨਾਂ ਨੇ ਭਾਂਡਾ ਪੰਨਤਾ ਸੀ ਸੋ ਐਵੇਂ ਜਿਵੇਂ ਜਿਹੜੇ ਮੇਰੇ ਟੁਰੀ ਸਕੂਲ ਸੀਗਾ ਉੱਥੇ ਮਤਲਬ ਬੱਚਿਆਂ ਨੂੰ ਜਿਹੜਾ ਖੁਰਾਕ ਦਿੱਤੀ ਜਾ ਰਹੀ ਸੀ ਜੀ ਉਹ ਖੁਰਾਕ ਬੜੀ ਘਟੀਆ ਸੀ ਹੋਣੋ ਦੇ ਵਿੱਚ ਹੋਇਆ ਕੀ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੇ ਬੱਚੇ ਆ ਜਿਹੜੇ ਰਾਤ ਨੂੰ ਬਿਮਾਰ ਹੋ ਗਏ ਜੀ ਬਿਮਾਰ ਹੋਣ ਤੋਂ ਬਾਅਦ ਸਮਾਜ ਸੇਵੀਓ ਨੂੰ ਪਤਾ ਲੱਗਾ ਚਾਕੇ ਉਹਨਾਂ ਨੂੰ ਹਸਪਤਾਲਾਂ ਚ ਦਾਖਲ ਕਰਵਾਇਆ ਵਾ ਔਰ ਉਹਨੇ ਬੱਚਿਆਂ ਦੀ ਫਿਰ ਇੰਟਰਵਿਊ ਸੁਣਨ ਵਾਲੀ ਐ ਜਿਹੜੀ ਉਹਨਾਂ ਨੇ ਵਕ ਵਕ ਟੀਵੀ ਚੈਨਲ ਵਾਲੇ ਜਦੋਂ ਮੌਕੇ ਤੇ ਪਹੁੰਚੇ ਉਹ ਕਹਿੰਦੇ ਜੀ ਗੱਲ ਇਹ ਵੀ ਸਾਨੂੰ ਐਕਸਰਸਾਈਜ਼ ਕਰਾਉਣ ਤੋਂ ਬਾਅਦ ਭਜਾਉਣ ਵਗੈਰਾ ਤੋਂ ਬਾਅਦ ਸਾਨੂੰ ਠੰਡੇ ਪਾਣੀ ਨਾਲ ਨਵਾਇਆ ਜਾਂਦਾ ਸੀ ਜੀ ਔਰ ਜਿਹੜੀ ਹੈਗੀ ਐ ਪਿੱਛੇ ਜਿਹ ਕਹਿੰਦੇ ਸੀ ਕੁਝ ਜਿਹੜੇ ਹੈਗੇ ਉਹਨਾਂ ਨੇ ਆਪਣੇ ਕੁੱਕ ਵਗੈਰਾ ਚੇਂਜ ਕਰਤੇ ਸੀ ਉਦੋਂ ਬਾਅਦ ਸਥਿਤੀ ਐਸੀ ਕਿ ਪਾਣੀ ਵਰਗਾ ਦਹੀਂ ਜੀ ਅਰ ਜਿਹੜੀਆਂ ਮਤਲਬ ਰਾਸ਼ਨ ਦੇ ਵਿੱਚ ਸੁੰਡ ਸੁੰਡੀਆਂ ਫਿਰ ਜੀ ਤੇ ਜਿਹੜਾ ਮਤਲਬ ਜਿਹੜੀ ਉਹਨਾਂ ਨੇ ਦਾਲ ਪਾਣੀ ਉਹਨਾਂ ਦੀ ਹੈਗੀ ਇੰਨੀ ਭੈੜੀ ਹਾਲਤ ਕਿ ਜਦੋਂ ਅਸੀਂ ਤਰਾਜ ਕਰਦੇ ਸੀ ਤੇ ਫਿਰ ਤੁਹਾਨੂੰ ਟੌਰਚਰ ਕੀਤਾ ਜਾਂਦਾ ਸੀ ਬੱਚੇ ਸਭ ਵੀ ਬੈਠੇ ਸੀ ਉਹ ਦਿਖਾ ਰਹੇ ਸੀ ਉਹ ਦਿਖਾ ਰਹੇ ਸੀ ਉਹ ਸਾਰਾ ਕੁਝ ਦਿਖਾ ਰਹੇ ਸੀ ਜੀ ਉਹਦੇ ਵਿੱਚੋਂ ਫਿਰ ਕਾਫੀ ਉੱਥੇ ਜਿਹੜੀ ਹੈਗੀ ਆ ਹੋ ਹੱਲਾ ਵੀ ਹੋਇਆ ਵੀ ਜੇ ਮੁੱਖ ਮੰਤਰੀ ਦੇ ਆਪ ਦੇ ਇਲਾਕੇ ਦਾ ਜੀ ਜਿੱਥੇ ਉਹ ਪਾਰਲੀਮੈਂਟ ਦੇ ਦੋ ਵਾਰੀ ਮੈਂਬਰ ਰਹੇ ਆ ਮੈਨੀਆਂ ਕੇਦਰਵੀ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਦੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਲੇਕਿਨ ਕਮੀ ਪੇਸ਼ੀ ਜਿਹੜਾ ਉਹਨਾਂ ਦਾ ਸੁਪਰਵਾਈਜ਼ਿੰਗ ਸਟਾਫ ਆਉਦੀ ਤਾਂ ਹੈ ਨਾ ਬਿਲਕੁਲ ਜੀ ਅਕਸਰ ਇਹ ਹੈ ਕਿ ਜਿਹੜੀਆਂ ਇਸ ਕਿਸਮ ਦੇ ਸਕੂਲ ਹਨ ਆਪਣੇ ਸਕੂਲ ਹੈ ਆਪਣੇ ਕਈ ਸਕੂਲ ਹੈਗੇ ਜਿਨ੍ਹਾਂ ਸਕੂਲਾਂ ਦੀ ਦੇਖ ਰਹਿ ਡਿਪਟੀ ਕਮਿਸ਼ਨਰ ਆਪ ਕਰਦੇ ਹੈ ਬਿਲਕੁਲ ਜੀ ਮਿਸਾਲ ਦੇ ਤੌਰ ਤੇ ਉੱਤੇ ਤੁਸੀਂ ਕੁਦੇ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਬਣੀ ਹੈ ਜੀ ਉੱਥੇ ਇੱਕ ਜਿਹੜਾ ਹੈਗਾ ਸਪੋਰਟਸ ਸਕੂਲ ਬਣਿਆ ਹੋਇਆ ਜੀ ਸਾਡੇ ਜਿਹੜੇ ਹੈਗੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮਿਸਟਰ ਜਤਿੰਦਰ ਪੱਲਾਹੂਣੀ ਇਹਨਾਂ ਨੇ ਇੱਕ ਬੜੀ ਵਧੀਆ ਹਿੰਮਤ ਕੀਤੀ ਹੈ ਜੀ ਉਹ ਵੈਸ ਵੇਲੇ ਬਿਲਕੁਲ ਜਿਹੜਾ ਹੈਗਾ ਉਹ ਸਕੂਲ ਜਿਹੜਾ ਆਖਰੀ ਸਹਾਣ ਤੇ ਸੀ ਜੀ ਪੈਸੇ ਦੀ ਕਮੀ ਸੀ 1 ਕਰੋੜ ਰੁਪਏ ਦੀ ਗ੍ਰਾਂਟ ਤੋ ਆਈ ਜੀ ਔਰ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਉਹਦੇ ਚੇਅਰਮੈਨ ਹੈਗੇ ਜੀ ਡਿਪਟੀ ਕਮਿਸ਼ਨਰ ਉੱਥੇ ਪੂਰੀ ਮਤਲ ਨਿਗਰਾਨੀ ਰੱਖਦੇ ਕਿ ਕੋਈ ਐਸੀ ਵੈਸੀ ਗੱਲ ਨਾ ਹੋ ਜਾਏ ਜੀ ਜਿੰਨੇ ਵੀ ਇਸ ਕਿਸਮ ਦੇ ਸਕੂਲ ਹੈ ਇਸ ਕਿਸਮ ਦੀਆਂ ਬਿਲਡਿੰਗਾਂ ਓਵਰ ਆਲ ਉਹਦੀ ਜਿਹੜੀ ਹੈਗੀ ਆ ਉਹ ਅਪਸਰਡ ਨਿਗਰਾਨੀ ਰੱਖਣੀ ਹੁੰਦੀ ਹੈ ਜੀ اگر मुख्यमंत्री ਦੇ ਆਪਣੀ ਕੰਸਟੀਚੂਐਂਸੀ ਜਿਹੜੀ ਉਹਨਾਂ ਦੀ ਪਾਰਲੀਮੈਂਟਰੀ ਕੰਸਟੀਚੂਐਂਸੀ ਹੈ ਜਿਹੜਾ ਉਹਨਾਂ ਦਾ ਆਪਣਾ ਜ਼ਿਲ੍ਹਾ ਹੈ ਉੱਥੇ ਕਿਸੇ ਸਕੂਲ ਦੇ ਵਿੱਚ ਇਸ ਕਿਸਮ ਦਾ سلسلہ ਵੀ ਤਾਂ ਮਤਲਬ ਵੀ ਸਰਕਾਰ ਦਾ ਕੋਈ ਤਪ ਤੇ ਨਹੀਂ ਹੈ ਨੀ ਬਿਲਕੁਲ ਜੀ ਜਾਂ ਫਿਰ ਇਹ ਹੈ ਕਿ ਜਿਹੜੇ ਹੋ ਰਾਸ਼ਨ ਪਾਣੀ ਦੀਨਾਂ ਦੀ ਡਿਊਟੀ ਲਈ ਵੀ ਹੈ ਉਹ ਬੰਦੇ ਹੈ ਹੀ ਹੋ ਜੇ ਕਿ ਉਹਨਾਂ ਨੇ ਮਾਲ ਹੀ ਚੱਪਣਾ ਵਿੱਚੋਂ ਜੀ ਤੇ ਜੇ ਉਹ ਮਾਲ ਚੱਪਣਗੇ ਤੇ ਫਿਰ ਉਹਨਾਂ ਦੀ ਸਫਾਰਸ਼ ਕੀ ਨਹੀਂ ਕੀਤੀ ہوئی ਕੀ ਨੇ ਕਰਵਾਇਆ ਹੋਇਆ ਜੇ ਉਹਦੀ ਉਹਦੀ ਪ੍ਰੋਪਰ ਇਨ ਨਹੀਂ ਹੁੰਦੀ ਹੋਗੀ ਇਨਸਪੈਕਸ਼ਨ ਨਹੀਂ ਹੁੰਦੀ ਤਾਂ ਕੀ ਹੈ ਹੁਣ ਉਥੇ ਦਾ ਕਹਿੰਦੇ ਜੀ ਉਹ ਜਿਹੜਾ ਪ੍ਰਿੰਸੀਪਲ ਆ ਉਹ ਨੂੰ ਮੁਤਲ ਕਰਤਾ ਬੱਚੀਆਂ ਮੈਂ ਕਹਿੰਦੀਆਂ ਸੁਣੀਆਂ ਕਿ ਪ੍ਰਿੰਸੀਪਲ ਬਹੁਤ ਵਧੀਆ ਸੀ ਜੀ ਪ੍ਰਿੰਸੀਪਲ ਬੜਾ ਜ਼ੋਰ ਲਾਉਂਦਾ ਸੀ ਲੇਕਿਨ ਜਿਹੜੇ ਉਹ ਮੈਸ ਵਗੈਰਾ ਚਲਾਉਂਦੇ ਸੀ ਉਹਦੀ ਗੱਲ ਹੀ ਨਹੀਂ ਸੁਣਦੇ ਸੀ ਜੀ ਹੁਣ ਇਹ ਉੱਪਰ ਸਰਕਾਰ ਤੱਕ ਗੱਲ ਕਿਉਂ ਨਹੀਂ ਜਾਂਦੀ ਸੀ ਲਿੰਕ ਮਿਸਿੰਗ ਕਿੱਥੇ ਹੈ ਇਹਦੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਹੈ ਚਲੋ ਖੜੋ ਬੱਚੇ ਜਿਹੜੇ ਕਾਫੀ ਸਾਰੇ ਐਡਮਿਟ ਕਰਵਾਤੇ ਸੀ ਔਰ ਉਦੋਂ ਵੀ ਉਹਨਾਂ ਦੀ ਹਾਲਤ ਇਹ ਸੀ ਕਿ ਵਿਚਾਰਿਆਂ ਦੇ ਕੋਲ ਕੰਬਲ ਤੱਕ ਹੈ ਨਹੀਂ ਸੀ ਇੱਕ ਬੈੱਡ ਤੇ ਤਿੰਨ ਤਿੰਨ ਬੱਚਿਆਂ ਦੇ ਜਿਹੜੇ ਡ੍ਰਿਪ ਲਗਾ ਕੇ ਇੱਕ ਬੈੱਡ ਤੇ ਤਿੰਨ ਤਿੰਨ ਬੱਚਿਆਂ ਦੇ ਡ੍ਰਿਪ ਲਾਇਓ ਹਾਂ ਉੱਥੇ ਗਏ ਐ ਕੁਝ ਲੋਕ ਗਏ ਐ ਜਿਹਨੇ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਵੀ ਗਏ ਐ ਉਹਨਾਂ ਨੇ ਜਾ ਕੇ ਲਾਈਵ ਹੋ ਕੇ ਦੱਸਿਆ ਉੱਥੇ ਹੁਣ ਉਦੋਂ ਆਗੇ ਆਪਣੇ ਸਰ ਇੱਕ ਵਿਧਾਇਕ ਮੰਤਰੀ ਵੀ ਆਗੇ ਸੀ ਹਰਜੋਤ ਸਿੰਘ ਬੈਂਸੋਰੀ ਉਹ ਵੀ ਡਿੰਗਾ ਤਾਂ ਬਹੁਤ ਮਾਰਦੇ ਹੁੰਦੇ ਆ ਜੀ ਅਸੀਂ ਆ ਕਰ ਦਿਆਂ ਗਿਆ ਕਰ ਦਿਆਂਗੇ ਲੇਕਿਨ ਜਿਹੜਾ ਮਹਿਕਮਾ ਮਿਲਦਾ ਉਹਨਾਂ ਨੂੰ ਜਿਲ੍ਹਾ ਵਾਲਾ ਮਿਲਿਆ ਤੇ ਉਦੋਂ ਤੁਸੀਂ ਦੇਖਿਆ ਵੀ ਉਹ ਲਾਰੈਂਸ ਬਿਸ਼ਰੋਈ ਦੀ ਇੰਟਰਵਿਊਜ਼ ਹੋਣ ਲੱਗੀਆਂ ਆ ਫਿਰ ਪਿੱਛੇ ਜਿਹੜਾ ਹੈਗਾ ਮਾਈਨਿੰਗ ਵਾਲਾ ਮਾਈਕਮਾਸ ਸੀ ਮਾਈਨਿੰਗ ਦੇ ਵਿੱਚ ਰਫੜ ਪੈ ਗਿਆ ਤੇ এডੂਕੇਸ਼ਨ ਦੇ ਵਿੱਚ ਇਹ じゃ ਖੁਸ਼ ਹੋ ਜੇ ਤਾਂ ਇਹਦੀ ਜ਼ਿੰਮੇਵਾਰੀ ਹੁਣ ਪ੍ਰਿੰਸੀਪਲ ਨੂੰ ਸਸਪੈਂਡ ਕਿਉਂ ਕੀਤਾ ਹੈ ਜਿੰਨੀ ਚੇ ਇਹਨਾਂ ਸਾਰੇ ਕਰਨੇ ਚਾਹੀਦੇ ਰਿਸਪੌਂਸਿਬਿਲਟੀ ਜਿਹੜੀ ਹੈਗੀ ਹੈ ਮੇਰੇ ਯਾਦ ਹੈ ਕੱਲ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਜਿਹੜੇ ਰੇਲਵੇ ਮਨਿਸਟਰ ਹੁੰਦੇ ਸੀ ਉਸ ਦੌਰ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਸੀ ਬਿਲਕੁਲ ਜੀ ਤੇ ਉਸ ਐਕਸੀਡੈਂਟ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਉਹਦੇ ਵਿੱਚ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਨੁਕਸ ਸੀ ਸਾਰੇ ਜਿਹਨੂੰ ਉਹਨਾਂ ਦੇ ਕੈਬਨਟ ਕੁਲੀਕ ਸੀ ਉਹ ਕਹਿੰਦੇ ਤੁਹਾਡਾ ਤਾਂ ਕਸੂਰ ਹੀ ਕੋਈ ਨਹੀਂ ਉਹਦਾ ਕਸੂਰ ਮੇਰਾ ਕੋਈ ਨਹੀਂ ਗੜਬੜ ਗਾਂ ਸੀ ਕੁਝ ਲੇਕਿਨ ਕਿਸੇ ਦੀ ਮੋਰਲ ਰਿਸਪੌਂਸਿਬਿਲਟੀ ਤਾਂ ਹੈ ਨਾ ਸਦਾਚਾਰਕ ਜ਼ਿੰਮੇਵਾਰੀ ਜਿਹੜੀ ਹੈ ਮੇਰੀ ਹੈ ਜੇ ਮੈਂ ਅਸਤੀਫਾ ਦੇਵਾਂਗਾ ਤਾਂ ਬਤਲ ਘਟੋ ਘਟ ਇਹ ਵੀ ਆਪ ਮੈਂ ਮੈਂ ਆਪ ਮੈਂ ਆਪਣੇ ਆਪ ਨੂੰ ਤਾਂ ਸਜ਼ਾ ਦੇਵਾਂ ਜੇ ਮੇਰਾ ਮਹਿਕਮਾ ਫੇਲ ਹੋਇਆ ਤਾਂ ਮੇਰੀ ਵੀ ਅਸਫਲਤਾ ਹੈ ਇਸ ਕਰਕੇ ਜਿਹੜੀ ਹੈ ਨਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਸਾਰਾ ਕੁਝ ਕਹਿਣਾ ਜੇ ਚਲੋ ਹੁਣ ਤਾਂ ਇਲੈਕਸ਼ਨਾਂ ਹੋ ਉੱਟ ਗਏ ਅੱਗੇ ਦੇ ਮੁੱਖ ਮੰਤਰੀ ਸਾਹਿਬ ਬੇਲੇ ਨਹੀਂ ਹੁੰਦੇ ਸੀ ਵਾਰੇ ਰਹਿੰਦੇ ਸੀ ਤੇ ਉਹ ਕਹਿੰਦੇ ਹੁੰਦੇ ਸਾਡਾ ਮੀਆਂ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਮੰਤਰੀ ਆਪਦੇ ਖੁੱਡੇ ਫਿਰਦੇ ਸੀ ਜੀ ਤੇ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਕਿ ਘੱਟੋ ਘੱਟ ਇਹ ਦੇਖੋ ਰਿਸਪਾਂਸਿਬਿਲਟੀ ਫਿਕਸ ਕਰੋ ਕੱਲੇ ਏਟਲੇ ਨਹੀਂ ਕੱਲੇ ਪ੍ਰਿੰਸੀਪਲ ਤੇ ਉੱਤੇ ਕਰਕੇ ਤੁਸੀਂ ਤੇ ਉਹਨੂੰ ਬਦਲ ਦਿਓ ਜੀ ਉਹਨੂੰ ਇਹ ਚੇਨ ਦੇਖੋ ਕਿਥੇ ਹੈ ਜਿੱਥੇ ਜਿੱਥੇ ਗੜਬੜਾ ਸਭ ਨੂੰ ਬਦਲੋ ਜੀ ਬਿਲਕੁਲ ਜੀ ਹੌਟਲਾਈਨ ਵਾਲਾ ਜ਼ਿਲ੍ਹਾ ਹੁੰਦਾ ਮੁੱਖ ਮੰਤਰੀ ਦਾ ਪ੍ਰਾਇਮਰ ਤੋਂ ਬਾਅਦ ਇਹ ਦੂਜਾ ਜਿਹੜਾ ਮੰਦਭਾਗੀ ਘਟਨਾ ਦਾ ਦੌਰ ਸੀ ਹਾਂਜੀ 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 ਤੇ ਢਿੱਲੋ ਸਾਹਿਬ ਅਗਲੀ ਖਬਰ ਜਿਹੜੀ ਹੈ ਉਹ ਤਤਕਾਲੀ ਐਸਐਸਪੀ ਨੇ ਬਹਿਬਲ ਕਲਾਂ ਕੇਸ ਚ ਦੋਸ਼ ਰੱਦ ਕਰਾਉਣ ਲਈ ਸੈਸ਼ਨ ਕੋਰਟ ਨੂੰ ਕੋਈ ਅਪੀਲ ਕੀਤੀ ਹੈ ਜੀ ਕੀ ਹੈ ਪ ਚਰਨਜੀਤ ਸਿੰਘ ਸ਼ਰਮਾ ਜੀ ਜਦੋਂ ਤੁਹਾਡੇ ਯਾਦ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀ ਦੇ ਘਟਨਾਕਰਮ ਵਾਪਰਿਆ ਹੈ ਜੀ ਉਸ ਵੇਲੇ ਫਰੀਦ ਆਪਣਾ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਇਹ ਹੁੰਦੀ ਸੀ ਜੀ ਤੇ ਜੇ ਉਦੋਂ ਪ੍ਰੋਪਰ ਤਰੀਕੇ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਹੁੰਦੀ ਜਾਂ ਕਾਰਨ ਦਿੱਤੀ ਜਾਂਦੀ ਤਾਂ ਮੇਰੇ ਖਿਆਲ ਆ ਵੀ ਇਹ ਮਾਮਲਾ ਇੰਨਾ ਵਧਣਾ ਨਹੀਂ ਸੀ ਜੀ ਚਲੋ ਉਹਦੀ ਬਦਲੀ ਹੋ ਗਈ ਉਹ ਚਲਾ ਗਿਆ ਸੀ ਮੋਗੇ ਜੀ ਉਹਦੀ ਥਾਂ ਦੇ ਉੱਤੇ ਇੱਕ ਹੋਰ ਮਿਸਟਰ ਮਤਲਬ ਐਸਐਸ ਮਾਨ ਸਾਹਿਬ ਲਾਤੇ ਸੀ ਜੀ ਫੇਰੇ ਟਾਈਮ ਆ ਗਿਆ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆਪਣੇ ਬੀੜ ਚੁੱਕ ਕੇ ਲੈ ਕੇ ਗਏ ਸੀ ਜੀ ਉਹਦੇ ਅੰਗ ਹੈ ਜਿਹੜੇ ਉਹ ਗਲੀਆਂ ਦੇ ਵਿੱਚ ਖਿਲਾਰੇ ਪਏ ਸੀ ਬਰਗਾੜੀ ਚ ਇਹ ਅਕਤੂਬਰ 2015 ਦੀ ਗੱਲ ਹੈ ਜੀ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਪਣਾ ਚੋਰੀ ਹੋਈ ਸੀ ਉਤੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦੇ ਵਿੱਚੋਂ ਜੀ ਔਰ ਫਿਰ ਉੱਥੇ ਇਸ਼ਤਿਹਾਰ ਵੀ ਲਗੇ ਸੀ ਧਮਕੀਆਂ ਦਿੱਤੀਆਂ ਸੀ ਚੁਣੌਤੀ ਵੀ ਦਿੱਤੀ ਗਈ ਸੀ ਸਿੱਖ ਪੰਥ ਨੂੰ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਤੁਹਾਡੇ ਚ ਪਹੁੰਚੇਗੀ ਇਹਦਾ ਛੜਵਾਰੋ ਜੀ ਚਲੋ ਉਹ ਗੱਲ ਹੋਈ ਨਬੜੀ ਉਹਨਾਂ ਨੇ ਨਹੀਂ ਕੋਈ ਸਰਕਾਰ ਨੇ ਜਾਂ ਪੁਲਿਸ ਨੇ ਠੀਕ ਤਰੀਕੇ ਨਾਲ ਕੰਮ ਕੀਤਾ ਜਾਂ ਕਰਨ ਦਿੱਤਾ ਨਹੀਂ ਆਪਾਂ ਇਸ ਗੱਲ ਦੇ ਵਿੱਚ ਨਹੀਂ ਪੈਂਦੇ ਜੀ ਲੇਕਿਨ ਜਦੋਂ ਅੰਗ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਰ ਕੇ ਤੇ ਕੰਮ ਵੱਧ ਗਿਆ ਜੀ ਸਿੱਖ ਪ੍ਰਚਾਰਕਾਂ ਨੇ ਇਕੱਠਿਆਂ ਹੋ ਕੇ ਸਾਰੇ ਲੋਕਾਂ ਨੇ ਨਾਲ ਜਾ ਕੇ ਕੋਟ ਪੂਰੇ ਧਰਨਾ ਲਾਤਾ ਤੇ ਫਿਰ ਉੱਥੇ ਤੁਹਾਨੂੰ ਪਤਾ ਵੀ ਡਾਂਗ ਵੀ ਵਹੀ ਤੇ ਲਾਲ ਲਾਲਾ ਹੋ ਗਈ ਤੇ ਬਾਦ ਵਿੱਚ ਬੈਬਲ ਕਲਾਂ ਦੇ ਵਿੱਚ ਗੋਲੀ ਵੀ ਚੱਲੀ ਦੋ ਬੰਦੇ ਮਾਰੇ ਵੀ ਗਏ ਸੀ ਉਸ ਸਬੰਧ ਦੇ ਵਿੱਚ ਪਹਿਲਾਂ ਇੱਕ ਐਸਆਈਟੀ ਬਣਾਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਉਸ ਐਸਆਈਟੀ ਐਸਆਈਟੀ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਉਹਨੇ ਮਾਮਲਾ ਸੀਬੀਆਈ ਨੂੰ ਦਿੱਤਾ ਸੀ ਜੀ ਲੇਕਿਨ ਸੀਬੀਆਈ ਨੇ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ 2017 ਸਰਕਾਰ ਬਦਲ ਗਈ ਜੀ ਤਾਂ ਸਰਕਾਰ ਬਦਲ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵਹਿਸ ਹੋਈ ਬਹਿਸ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੀ ਸਰਕਾਰ ਕੇ ਵਿਧਾਨ ਸਭਾ ਦੇ ਮੈਂਬਰ ਸਾਹਿਬਾਨ ਵੀ ਵੀ ਇਹ ਠੀਕ ਤਰੀਕੇ ਨਾਲ ਤਫਤੀਸ਼ ਨਹੀਂ ਹੋ ਰਹੀ ਤਫਤੀਸ਼ ਜਿਹੜੀ ਹੈ ਪੰਜਾਬ ਪੁਲਿਸ ਤੋਂ ਕਰਵਾਈ ਜਾਵੇ ਜੀ ਉੱਥੇ ਸਪੈਸ਼ਲ ਇਨਵੈਸਟੀਗੇਸ਼ਨ ਬਣਾਉਣ ਦਾ ਇੱਕ ਫੈਸਲਾ ਹੋਇਆ ਹੈ ਵਿਧਾਨ ਸਭਾ 'ਚ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਤੀ ਜਿਹੜੀ ਆ ਸੀਬੀਆਈ ਤੋਂ ਕੇਸ ਵਾਪਸ ਲੈ ਲਿਆ ਫਿਰ ਉਹ ਐਸਆਈਟੀਸੀ ਜਿਹੜੀ ਉਹਦੀ ਜਿਹੜੇ ਸੀ ਮਿਸਟਰ ਵੈਸੇ ਤਾਂ ਉਹਦੇ ਇਨਚਾਰਜ ਉਸ ਵੇਲੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਡੀਜੀਪੀਸੀ ਜਿਹੜੇ ਅੱਜ ਕੱਲ ਡੀਜੀਪੀ ਹੈ ਜੀ ਉਹ ਸੀਗੇ ਔਰ ਨਾਲੂ ਨਾਲੇ ਚਾਰ ਮੈਂਬਰ ਹੋਰ ਲਾਏ ਸੀ ਲੇਕਿਨ ਮੁੱਖ ਤੌਰ ਤੇ ਜਿਹੜਾ ਉਹ ਕਾਰੋਬਾਰ ਦੇਖਦੇ ਸੀਗੇ ਉਹ ਕੁਮਰਬਿਜੇ ਪ੍ਰਤਾਪ ਸਿੰਘ ਦੇਖਦੇ ਦੇਦੇ ਸੀ ਜੀ ਬਾਅਦ ਵਿੱਚ ਕੁਮਰਬਿਜੇ ਪ੍ਰਤਾਪ ਸਿੰਘ ਹੋਰਾਂ ਨੇ ਜਿਹੜਾ ਕੁਝ ਤੱਥ ਕੱਢੇ ਤੇ ਉਹਨਾਂ ਨੇ ਕਿਹਾ ਜੀ ਆਪਾਂ ਕਾਰਵਾਈ ਕਰੀਏ ਤੇ ਬਾਕੀ ਸਾਰੇ ਅਫਸਰ ਇਨਕਲੂਡਿੰਗ ਜਿਹੜਾ ਹੈਡ ਸੀ ਉਹ ਵੀ ਭੱਜ ਗਿਆ ਕਿਸੇ ਨੇ ਦਸਖਤ ਨਹੀਂ ਕੀਤੇ ਕੱਲੇ ਕੁਮਰਬਿਜੇ ਪ੍ਰਤਾਪ ਸਿੰਘ ਨੇ ਦਸਖਤ ਕੀਤੇ ਸੀ ਉਹਦੇ ਉੱਤੇ ਔਰ ਉਹਨਾਂ ਨੇ ਚਾਰ ਸ਼ੀਟ ਜਿਹੜੀ ਆ ਫਾਈਲ ਕਰਤੀ ਸੀ ਜੀ ਚਲਾਨ ਪੇਸ਼ ਕਰਤਾ ਸੀ ਲੇਕਿਨ ਉਸ ਚਲਾਨ ਨੂੰ ਚੁਣੌਤੀ ਦਿੱਤੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਕਮਰਬਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਐ ਐਸਆਈਟੀ ਬੰਨ ਕਰਤੀ ਸੀ ਜੀ ਬੰਨ ਕਰ ਤੋਂ ਬਾਅਦ ਨਾਲ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਨਵੀਂ ਦੋ ਐਸਆਈਟਸ ਬਣੇਗਾ ਜਨਜੀ ਦੇ ਵਿੱਚ ਕਮਰਬਿਜੇ ਪ੍ਰਤਾਪ ਸਿੰਘ ਨਾ ਹੋਵੇ ਉਹ ਬਣ ਗਏ ਜੀ ਉਹਨੂੰ ਐਸਆਈਟਸ ਇਸ ਵੇਲੇ ਤਿੰਨ ਚੱਲ ਰਹੀਆਂ ਇੱਕ ਤਾਂ ਉਹ ਕਿ ਜਿੰਨੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਦੀ ਜਿਹੜੀ ਪੜਤਾਲ ਕੀਤੀ ਹੈ ਉਹ ਕੀਤੀ ਹੈ ਐਸਪੀਐਸ ਪਰਮਾਰ ਏਡੀਜੀਪੀ ਬਠਿੰਡਾ ਜਿਹੜੇ ਇਸ ਵੇਲੇ ਲੱਗੇ ਹੋਏ ਹੈ ਜਿਨ੍ਹਾਂ ਦੀ ਅਗਵਾਈ ਵਾਲੀ ਕਮੇਟੀ ਸੀ ਜੀ ਇੱਕ ਜੋ ਖੁਸ਼ੇ ਕੋਟਕਪੂਰੀਏ ਦੇ ਵਿੱਚ ਹੋਇਆ ਸੀ ਉਹ ਐਲਕੇ ਯਾਦਵ ਦੀ ਅਗਵਾਈ ਵਾਲੀ ਦੀ ਰਹੀ ਇੱਕ ਮਿਟੀ ਹੈ ਐਲਕੇ ਯਾਦਵ ਹੁਣੀ ਆਪਾਂ ਨੂੰ ਪਤਾ ਵੀ ਉਹ ਏਡੀਜੀਪੀ ਇਸ ਵਿਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਜੀ ਤੀਜੇ ਜਿਹੜੇ ਹੈਗੇ ਆ ਉਹ ਆ ਮਿਸਟਰ ਨੌਨਿਹਾਲ ਸਿੰਘ ਉਹ ਵੀ ਏਡੀਜੀਪੀ ਰੈਂਕ ਦੇ ਵਿੱਚ ਹੈ ਪਹਿਲਾਂ ਉਹ ਆਪਣੇ ਤੁਹਾਡੇ ਕਮਿਸ਼ਨਰ ਰਹੇ ਸੀਗੇ ਆਪਣੇ ਅੰਮ੍ਰਿਤਸਰ ਸਾਹਿਬ ਦੇ ਤੇ ਹੁਣ ਉਹਨਾਂ ਨੂੰ ਮੇਰੇ ਖਿਆਲ ਹੈ ਕਿਸੇ ਪਾਸੇ ਹੋਰ ਲਾਤਾ ਉੱਥੇ ਉਹਨਾਂ ਦੀ ਬਦਲੀ ਹੋ ਗਈ ਸੀ ਉਹ ਹੈ ਤਾਂ ਇਹ ਆਪੋ ਆਪਣਾ ਕੰਮ ਕਰੀ ਜਾਂਦੇ ਇਹਨਾਂ ਦੇ ਵਿੱਚੋਂ ਕੁਝ ਚਲਾਨ ਪੇਸ਼ ਹੋ ਗਿਆ ਜਿਵੇਂ ਕਿ ਬੈਬਲ ਕਲਾ ਬੜੀ ਹੋਇਆ ਹਾਲੇ ਤੱਕ ਕੋਰਟ ਕੋਲ ਪੂਰਾ ਚਲਾਨ ਪੇਸ਼ ਹੋ ਗਿਆ ਕੋਟਬੂੜੇਲਾ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋ ਗਿਆ ਲੇਕਿਨ ਚਰਨਜੀਤ ਸਿੰਘ ਜਿਹੜਾ ਸ਼ਰਮਾ ਹੈ ਜੀ ਉਹਨੇ ਹੁਣ ਇੱਕ ਐਪਲੀਕੇਸ਼ਨ ਦਿੱਤੀ ਹੈ ਸੈਸ਼ਨ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਉਹਨੇ ਕਿਹਾ ਜੀ ਵੀ ਇਹ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਬੰਦੇ ਦੇ ਖਿਲਾਫ ਚਲਾਨ ਪੇਸ਼ ਕਰਨਾ ਹੈ ਮੁਕੱਦਮਾ ਚਲਾਉਣਾ ਹੈ ਜੀ ਉਹਦੀ ਸਰਵਿੰਗ ਅਫੀਸਰ ਹੈ ਜੇ ਕੋਈ ਕੋਈ ਮਦਦ ਆ ਦੀ ਡਿਊਟੀ ਦੇ ਤੇ ਤਾਇਨਾਤ ਅਤੇ ਡਿਊਟੀ ਦੇ ਤੇ ਤਾਇਨਾਤ ਉਹ ਕੋਈ ਕਾਰਵਾਈ ਕਰਦਾ ਕੋਈ ਉਹਦੇ ਤੇ ਕੇਸ ਬਣਦਾ ਹੈ ਜੀ ਤੇ ਉਡੀ ਦੇ ਮੁਕਦਮਾ ਚਲਾਉਣ ਲਈ ਸਰਕਾਰ ਦੀ ਪ੍ਰਵਾਨਗੀ ਜ਼ਰੂਰੀ ਹੈ ਜੀ ਸਰਕਾਰ ਤੋਂ ਪ੍ਰਵਾਨਗੀ ਲਈ ਜਾਵੇ ਤੇ ਸਰਕਾਰ ਤੋਂ ਪ੍ਰਵਾਨਗੀ ਨਹੀਂ ਲਈ ਜੀ ਚਾਰ ਸ਼ੀਟ ਮੇਰੇ ਖਿਲਾਫ ਐਸੀ ਪੈਦਾ ਕਰਤੀ ਇਸ ਕਰਕੇ ਚਾਰ ਸ਼ੀਟ ਰੰਕ ਕੀਤੀ ਜਾਵੇ ਜੀ ਇਹ ਹੁਣ ਸੈਸ਼ਨ ਕੋਰਟ ਫਰੀਦਕੋਟ ਦੇ ਵਿੱਚ ਉਹਨੇ ਐਪਲੀਕੇਸ਼ਨ ਦਿੱਤੀ ਤੇ ਪੁਲਿਸ ਤੋਂ ਮੰਗਿਆ ਹੈ ਜਾਂ ਸਟੇਟ ਤੋਂ ਜਵਾਬ ਮੰਗਿਆ ਮਨਜੋਗ ਅਦਾਲਤ ਨੇ ਸਟੇਟ ਉਹਦੇ ਤੇ ਜਵਾਬ ਕੀ ਦਿੰਦੀ ਹੈ ਜੀ ਪਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਸੱਚ ਵਿੱਚ ਇਹ ਗੱਲ ਸਹੀ ਹੈ ਜੀ ਕਿ ਬਗੈਰ ਪਰਵਾਨਗੀ ਤੋਂ ਚਲਾਨ ਪੇਸ਼ ਕਰਤਾ ਸਰਕਾਰ ਨੇ ਪਰਵਾਨਗੀ ਨਹੀਂ ਦਿੱਤੀ ਇਹਦਾ ਮਤਲਬ ਹੈ ਫਿਰ ਤਾਂ ਸਰਕਾਰ ਦੇ ਪੱਖ ਤੋਂ ਵੀ ਬਹੁਤ ਵੱਡੀ ਕੁਤਾਹੀ ਹੈ ਜੀ ਪੁਲਿਸ ਵਾਲੇ ਪੱਖ ਤੋਂ ਵੀ ਬਹੁਤ ਵੱਡੀ ਕੁਤਾਹੀ ਹੈ ਜੀ ਕਿ ਤੁਸੀਂ ਬਗੈਰ ਪਰਵਾਨਗੀ ਤੋਂ ਕਰਤਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਡੇਰਾ ਸੱਚਾ ਸੌਦਾ ਦਾ ਮੁਖੀ ਹੈ ਜਿਹੜਾ ਰਾਮ ਰਹੀਮ ਜੀ ਰਾਮ ਰਹੀਮ ਦੇ ਖਿਲਾਫ ਵੀ ਇੱਕ ਪਰਚਾ ਬਠਿੰਡੇ ਚ ਦਰਜ ਹੋਇਆ ਸੀ ਜੀ ਔਰ ਇਹ ਪਰਚਾ ਦਰਜ ਹੋਇਆ ਸੀ ਉਹ ਜਦੋਂ ਉਹਨਾਂ ਸਲਾਪਤਪੁਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਹੁਰਾਂ ਦੀ ਅਰਿਸ ਕਰਦੇ ਆ ਜੀ ਉਹ ਜ਼ਮਾਨ ਸਾਹ ਸ਼ਿਕਾਇਤ ਸੀ ਉਸ ਮਾਮਲੇ ਚ ਕੀਤਾ ਸੀਗਾ ਜੀ ਉਹਦੇ ਵਿੱਚ ਵੀ ਜਿਹੜੀ ਐ ਸਟੇਟ ਗਵਰਨਮੈਂਟ ਦੀ ਪ੍ਰਵਾਨਗੀ ਨਹੀਂ ਸੀ। ਔਰ ਉਹ ਮਾਮਲਾ ਜਿਹੜਾ ਹੈਗਾ ਜਾ ਕੇ ਜਿਹੜਾ ਅਦਾਲਤ ਦੇ ਵਿੱਚੋਂ ਖਤਮ ਹੋ ਗਿਆ ਸੀ। ਜੀ। ਉਹ ਬਿਲਕੁਲ ਨਿਪਰ ਫੰਡ ਹੋ ਗਿਆ ਸੀ। ਸਾਦਾ ਹੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਜੀ। ਇਹ ਸਾਡੇ ਸਾਹਮਣੇ ਮਤਲਬ ਇਹੀ ਰੁਤਵਾ ਤੇ ਇੱਕ ਕੇਸ ਦਾ ਵੀ ਤਾਂ ਮਤਲਬ ਜਿਹੜਾ ਹੈਗਾ 나ੜੂਆ ਜਾ ਕੇ ਜੁੜਦਾ ਤਾਂ ਡੇਰੇ ਵਾਲਿਆਂ ਨਾਲ ਹੀ ਹੈ। ਰੈਫਰੈਂਸ ਦਿੰਦੇ ਹੀ ਹੈ। ਉਹੀ ਹੈ ਤੇ ਜੇ ਸਰਕਾਰ ਬਦਲ ਗਈ ਸਰਕਾਰ ਥਤੀਜੀ ਆ ਗਈ। ਜੀ। ਤੇ ਤੀਜੀ ਸਰਕਾਰ ਆਉਣ ਤੋਂ ਬਾਅਦ ਅਗਰ ਉਹਦੀ ਜਿਹੜੀ ਹੈਗੀ ਹੈ ਤੁਹਾਡੀ ਪ੍ਰਵਾਨਗੀ ਹੈ ਨੀਗੀ। ਜੀ। ਤਾਂ ਮੇਰੇ ਖਿਆਲ ਮੁਤਾਬਕ ਇਹ ਤਾਂ ਬਹੁਤ ਵੱਡੀ ਕੁੱਤਾਹੀ ਤੇ ਕਲੰਕ ਲੱਗੂਗਾ ਸਰਕਾਰ ਤੇ ਜੀ ਔਰ ਕੁਮਰਬਿਜੇ ਪ੍ਰਤਾਪ ਸਿੰਘ ਉਹ ਨਹੀਂ ਵਾਰ-ਵਾਰ ਇਹ ਗੱਲ ਕਹਿ ਰਹੇ ਜੀ ਕਿ ਭਾਈ ਬੇਅਦਬੀ ਦੇ ਨਾਂ ਦੇ ਉੱਤੇ ਮੇਰੇ ਨਾਲ ਵੀ ਤੋਖਾ ਹੋਇਆ ਤੇ ਪੰਜਾਬ ਨਾਲ ਵੀ ਤੋਖਾ ਹੋਇਆ ਤੇ ਸਿੱਖ ਪੰਥ ਨਾਲ ਵੀ ਤੋਖਾ ਹੋਇਆ ਜੀ ਨਾਉ ਮਾਨ ਸਰਕਾਰ ਦਾ ਨਹੀਂ ਲੈਂਦੇ ਲੇਕਿਨ ਤਰੀਕੇ ਨਾਲ ਉਹ ਕਹਿੰਦਾ ਵੀ ਮੈਂ ਪਹਿਲਾਂ ਵੀ ਕਿਸੇ ਹੋਰ ਮੁੱਖ ਮੰਤਰੀ ਦੇ ਖਿਲਾਫ ਲੜਦਾ ਸੀ ਹੁਣ ਮੇਰੀ ਲੜਾਈ ਕਿਸੇ ਹੋਰ ਮੁੱਖ ਮੰਤਰੀ ਨਾਲ ਤੇ ਲੜਾਈ ਮੇਰੀ ਸਿਧਾਂਤਕ ਹੈ ਜੀ ਇਹਦਾ ਮਤਲਬ ਹੈ ਕਿ ਕੁਮਰਬਿਜੇ ਪ੍ਰਤਾਪ ਸਿੰਘ ਹੋਰੀ ਜੋ ਗੱਲ ਕਹਿੰਦੇ ਫਿਰ ਇਹਦੇ ਵਿੱਚ ਕੁਝ ਨਾ ਕੁਝ ਸੱਚ ਜੀ ਤੇ ਆ ਜਿਹੜੀ ਚਰਨਜੀਤ ਸ਼ਰਮੇ ਨੇ ਐਪਲੀਕੇਸ਼ਨ ਦਿੱਤੀ ਹੈ ਇਹ ਵੀ ਇਹ ਵੀ ਇਹ ਕੁਝ ਕਹਿੰਦੀ ਹੈ ਜੀ ਜੀ ਬਿਲਕੁਲ ਟਿਲੂ ਸਾਹਿਬ ਅਗਲੀ ਖਬਰ ਚੋਟਾਲਾ ਪਰਿਵਾਰ ਕਹਿੰਦੇ ਮਰਹੂਮ ਦੇਵੀ لال ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਬੁੱਤ ਜਿਹੜਾ ਹੈਗਾ ਹੁਣ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਵੀ ਲਾ ਦਿੱਤਾ ਦੋ ਬੁੱਤ ਹੋ ਗਏ ਕਿ ਬੁੱਤਾਂ ਦੀ ਸਿਆਸਤ ਅਸਲ ਵਿੱਚ ਜਿਹੜੀ ਬੁੱਕ ਜਿਹੜੀ ਬੁੱਤਾਂ ਦੀ ਸਿਆਸਤ ਹੈ ਨਾ ਇਹ ਬੁੱਤਾਂ ਦੀ ਸਿਆਸਤ ਇਹ ਹੈ ਕਿ ਚੌਧਰੀ ਦੇਵੀ لال ਤੇ ਪ੍ਰਕਾਸ਼ ਸਿੰਘ ਬਾਦਲ ਜੀ ਇਹ ਦੋਨੇ ਦੋ ਵੱਖ-ਵੱਖ ਰਾਜਾਂ ਦੇ ਆ ਉਹ ਹਰਿਆਣਾ ਦੇ ਮੁੱਖ ਮੰਤਰੀ ਰਹੇ ਵੇ ਪ੍ਰਕਾਸ਼ ਸਿੰਘ ਬਾਦਲੋਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਵੇ ਜੀ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਤੇ ਹਰਿਆਣਾ ਇੱਕੋ ਹੀ ਹੁੰਦਾ ਸੀ ਅੱਜ ਭਾਵੇਂ ਇਹ ਸਟੇਟਾਂ ਦੋ ਬਣ ਗਈਆਂ ਲੇਕਿਨ ਜਿਹੜਾ ਸਿਰਸੇ ਦਾ ਡੱਬਾ ਵਾਲੀ ਨਾਲ ਸੰਬੰਧਿਤ ਇਲਾਕਾ ਹੈ ਜੀ ਇਹ ਤੇ ਸਾਡਾ ਇਲਾਕਾ ਜਿਹੜਾ ਹੈ ਇੱਕੋ ਹੀ ਇਲਾਕਾ ਹੈ ਜੀ ਇੱਥੇ ਜਿਹੜੀਆਂ ਹੈਗੀਆਂ ਰਿਸ਼ਤੇਦਾਰੀਆਂ ਵੀ ਆ ਲੋਕਾਂ ਦੀਆਂ ਦੋਸਤੀਆਂ ਮਿੱਤਰੀਆਂ ਵੀ ਆ ਮੇਰੇ ਮਿੱਤਰ ਵੀ ਬਹੁਤ ਹੈਗੇ ਆ ਜਿਹੜੇ ਹਰਿਆਣੇ ਦੇ ਨਾ ਪਿੰਡਾਂ ਦੇ ਵਿੱਚ ਜੀ ਇਸੇ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਚੌਧਰੀ ਦੇ ਵੀ ਲਾਲ ਵੀ ਸੀ ਚੌਧਰੀ ਦੇਵੀ لال ਪਹਿਲਾਂ ਕਾਂਗਰਸ ਪਾਰਟੀ ਛੁੰਦੇ ਸੀ ਜੀ ਵੈਸੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਦੀ ਜ਼ਿੰਦਗੀ ਦੀ ਪਹਿਲੀ ਚੋਣ ਜਿਹੜੀ ਆ ਉਹ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ ਤੇ ਲੜੀ ਸੀ ਜੀ ਚੌਧਰੀ ਸਾਹਿਬ ਹੁੰਦੇ ਸੀ ਸਰਦਾਰ ਪ੍ਰਤਾਪ ਸਿੰਘ ਕੈਰੋ ਦੀ ਮਿਨਿਸਟਰੀ ਦੇ ਵਿੱਚ ਜੀ ਉੱਥੇ ਇਹਨਾਂ ਦੇ ਮਤਭੇਦ ਆ ਗਏ ਤੇ ਮਤਭੇਦ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਹੈਗੀ ਹੈ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਤੇ ਕਾਂਗਰਸ ਪਾਰਟੀ ਵੀ ਛੱਡਦੀ ਸੀ ਜੀ ਫਿਰ ਇਹ ਆਪਦੇ ਘਰ ਹੋ ਕੇ ਬਹਿ ਗਏ ਸੀ ਲੇਕਿਨ 1975 ਦੇ ਵਿੱਚ ਜੋ ਐਮਰਜੈਂਸੀ ਲੱਗੀ ਹੈ ਜੀ ਐਮਰਜੈਂਸੀ ਲੱਗਣ ਤੋਂ ਬਾਅਦ ਫਿਰ ਜਿਹੜਾ ਖੁੱਲਿਆ ਤੁਹਾਡਾ ਐਮਰਜੈਂਸੀ ਟੁੱਟੀ ਜੀ ਤੇ ਉਸ ਵੇਲੇ ਇਲੈਕਸ਼ਨ ਵਾਲਾ ਦੌਰ ਦੌਰਾ ਚੱਲਦਾ ਸੀ ਜੀ ਉਸ ਵੇਲੇ ਚੌਧਰੀ ਦੇਵੀ ਲਾਲ ਹਰਿਆਣੇ ਦੇ ਮੁੱਖ ਮੰਤਰੀ ਬਣ ਗਏ ਸੀ ਜੀ ਫਿਰ ਬਾਅਦ ਦੇ ਵਿੱਚ ਉਹ ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਵੀ ਬਣ ਗਏ ਸੀ ਕੇਂਦਰ ਚਲੇ ਗਏ ਸੀਗੇ ਜੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਤੇ ਬਾਦਲ ਪਰਿਵਾਰ ਦੀ ਤੇ ਚੁਟਾਲਾ ਪਰਿਵਾਰ ਦੀ ਨੇੜਤਾ ਬਹੁਤ ਰਹੀ ਹੈ ਜੀ ਅੱਜ ਕੱਲ ਬਾਦਲ ਪਰਿਵਾਰ ਆਪਾਂ ਦੇਖੀਏ ਉਹ ਵੀ ਆਪਸ ਵਿੱਚ ਫਟਿਆ ਹੋਇਆ ਹੈ ਜੀ ਮਿਸਾਲ ਦੇ ਤੌਰ ਦੇ ਉੱਤੇ ਆਪਾਂ ਦੇਖੀਏ ਵੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਚਾਚਾ ਜੀ ਸਰਦਾਰ ਤੇਜਾ ਸਿੰਘ ਇਕੱਠੇ ਹੁੰਦੇ ਸੀ ਜੀ ਫਿਰ ਸਰਦਾਰ ਤੇਜਾ ਸਿੰਘ ਹੁਣੀ ਜਿਹੜੇ ਹੈਗੇ ਇਹਨਾਂ ਤੋਂ ਅਲੱਗ ਹੋ ਕੇ ਸੋ ਉਹਨੇ ਜਗਮੀਤ ਸਿੰਘ ਬਰਾੜ ਦੀ ਮਦਦ ਕਰਤੀ ਸੀ ਜੀ ਉਹਨਾਂ ਦਾ ਬੇਟਾ ਮਹੇਸ਼ਿੰਦਰ ਸਿੰਘ ਬਾਦਲ ਦੋ ਵਾਰੀ ਚੋਣ ਲੜ ਚੁੱਕਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਜੀ ਲੇਕਿਨ ਚਟਾਲਾ ਫੈਮਿਲੀ ਦੇ ਨਾਲ ਉਹਨਾਂ ਦੀ ਸਾਰਿਆਂ ਦੀ ਉਮੀਦ ਵਿੱਚ ਵੜਦੀ ਏ ਬਾਦ ਦੇ ਵਿੱਚ ਆਪਾਂ ਦੇਖੀਏ ਤਾਂ ਮਨਪ੍ਰੀਤ ਸਿੰਘ ਬਾਦਲ ਜੀ ਉਹਨਾਂ ਨੇ ਛੜਤਾ ਸੀਗਾ ਆਪਣੇ ਨੂੰ ਅਕਾਲੀ ਦਲ ਨੂੰ ਦੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲ ਉਹਦਾ ਤੋੜ ਲਿਆ ਸੀਗਾ ਸਿਆਸੀ ਰਿਸ਼ਤਾ ਜੀ ਪਰ ਚਟਾਲਾ ਪਰਿਵਾਰ ਦੇ ਨਾਲ ਉਹਨਾਂ ਦੀ ਬਹੁਤ ਬੰਦੀ ਹੈ ਜੀ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਜਦੋਂ ਅੰਡਰਗਰਾਉਂਡ ਸੀਗੇ ਉਸ ਵੇਲੇ ਵੀ ਜਿਹੜੀ ਸਰਪ੍ਰਸਤੀ ਚਟਾਲਾ ਪਰਿਵਾਰ ਨੇ ਉਹਨਾਂ ਨੂੰ ਦਿੱਤੀ ਸੀ ਜੀ ਅੱਜ ਰਾਜ ਵਿੱਚ ਬਠਿੰਡੇ ਵਾਲਾ ਕੇਸ ਸੀਗਾ ਜੀ ਸੋ ਜਦੋਂ ਚੌਧਰੀ ਦੇਵੀ لال ਇਸ ਦੁਨੀਆ 'ਚ ਨਹੀਂ ਰਹੇ ਜੀ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਜੀ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਫਿਰ ਉਹਨਾਂ ਨਾਲ ਆਪਣੀ ਦੋਸਤੀ ਨੁਵਾਈ ਉਨ੍ਹਾਂ ਦੀ ਜਿਹੜੀ ਯਾਦ ਹੈ ਉਹਨੂੰ ਹਮੇਸ਼ਾ ਜਿੰਦਾ ਰੱਖਣ ਵਾਸਤੇ ਕਿੱਲੇ ਆਲੀ ਡੱਬਾ ਵਾਲੀ ਦੇ ਨਾਲ ਪੰਜਾਬ ਦਾ ਪਿੰਡ ਆ ਲਾਸਟ ਪਿੰਡ ਜੀ ਉੱਥੇ ਚੌਧਰੀ ਦੇਵ ਲਾਲ ਦਾ ਇੱਕ ਬਹੁਤ ਵੱਡਾ ਬੋਤਲ ਹੋਇਆ ਸੀ ਤੇ ਉੱਥੇ ਯਾਦਗਾਰ ਬਣਾਈ ਸੀ ਉਹ ਬਹੁਤ ਵੱਡਾ ਇੱਕ ਪਾਰਕ ਬਣਾਇਆ ਹੋਇਆ ਸੀ ਜੀ ਉੱਥੇ ਉਹ ਉਹਦਾ ਘਾਟਨ ਕਰਨ ਵਾਸਤੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਆਏ ਸੀ ਅਟਲ ਬਿਹਾਰੀ ਬਾਜਪਾਈ ਜੀ ਮੈਂ ਵੀ ਉਹਨੂੰ ਕਵਰੇਜ ਕਰਨ ਵਾਸਤੇ ਉੱਥੇ ਗਿਆ ਸੀ ਕਿਉਂਕਿ ਆਪਣਾ ਹਲਾ ਕਰਨ ਨਾਲ ਲੱਗਦਾ ਸੀ ਜੀ ਹੁਣ ਬਾਦਲ ਸਾਹਿਬ ਵੀ ਹੈ ਪਿਛਲੇ ਦਿਨਾਂ ਚ ਬਿਛੋੜਾ ਦੇ ਗਏ 8 ਦਸੰਬਰ ਜਿਹੜਾ ਹੈਗਾ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਜੀ ਹੁਣ 8 ਦਸੰਬਰ ਨੂੰ ਉਹਨਾਂ ਨੂੰ ਯਾਦ ਕੀਤਾ ਫਿਰ ਚੁਟਾਲਾ ਪਰਿਵਾਰ ਨੇ ਜੀ ਐਸ ਵੇਲੇ ਅਜੇ ਤੇ ਅਵੇ ਚੁਟਾਲਾ ਦੋਪਰਾ ਹੈ ਜੀ ਅਜੇ ਵੱਡਾ ਹੈ ਤੇ ਅਵੇ ਛੋਟਾ ਹੈ ਜੀ ਜਿਹੜੀ ਚੌਧਰੀ ਉਹਨ ਪ੍ਰਕਾਸ਼ ਚਟਾਲਾ ਦੀ ਪੋਲੀਟੀਕਲ ਵਿਰਾਸਤ ਹੈ ਜੀ ਉਹ ਤਾਂ ਸੰਭਾਲੀ ਹੋਈ ਹੈ ਅਵੇ ਨਹੀਂ ਜੀ ਲੇਕਿਨ ਚੌਧਰੀ ਦੇਵੀ ਲਾਲ ਦਾ ਅਸਲ ਵਿਰਾਸਤ ਜਿਹੜਾ ਹੈਗਾ ਅਜੇ ਸਿੰਘ ਚੁਟਾਲਾ ਜਿ ਆਪਣੇ ਨੂੰ ਸਮਝ ਦਿੱਤੇ ਅਜੇ ਸਿੰਘ ਚੁਟਾਲਾ ਦਾ ਬੇਟਾ ਦਿਗਬਿਜੇ ਸਿੰਘ ਜੀ ਤੇ ਇੱਕ ਦੁਸ਼ਯੰਤ ਸਿੰਘ ਧੋ ਹੈ ਜੀ ਉਹਨਾਂ ਦੇ ਦੁਸ਼ਯੰਤ ਸਿੰਘ ਚੁਟਾਲਾ ਜਿਹੜਾ ਹੈਗਾ ਉਹ ਇਸ ਵੇਲੇ ਡਿਪਟੀ ਮੁੱਖ ਮੰਤਰੀ ਹੈ ਜੀ ਹਰਿਆਣੇ ਦੇ ਵਿੱਚ ਜੀ ਤੇ ਜਿਹੜਾ ਹੈਗਾ ਦੂਸਰਾ ਮੇਰੇ ਖਿਆਲੋਂ ਸ਼ਾਇਦ ਉਹ ਪਾਰਲੀਮੈਂਟ ਦਾ ਮੈਂਬਰ ਹੈ ਦਿਗਬਿਜੇ ਸਿੰਘ ਜੀ ਤਾਂ ਉਹਨੇ ਫਿਰ ਕਿਉਂਕਿ ਉਹਦੇ ਦਾਦੇ ਦੀ ਯਾਦਗਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਸੀ ਜੀ ਹੁਣ ਉਸੇ ਯਾਦਗਾਰ ਜਿੱਥੇ ਉਹਦੇ ਦਾਦੇ ਦੀ ਯਾਦਗਾਰ ਬਣਾਈ ਐ ਤੇ ਉਹਨੇ ਫੈਸਲਾ ਕਰ ਲਿਆ ਕਿ ਅਸੀਂ ਆਪਣੇ ਵੱਲੋਂ ਜੀ ਇੱਥੇ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਇਨਸਟਾਲ ਕਰਾਂਗੇ ਔਰ ਉਹ ਬੁੱਤ ਇਨਸਟਾਲ ਹੋ ਚੁੱਕੇ ਜੀ ਤੇ ਉਹਦਾ ਜਿਹੜਾ ਉਦਘਾਟਨ ਵਿਧੀਵਤ ਉਦਘਾਟਨ ਜਿਹੜਾ ਜਾਨ ਨੂੰ ਕਹੀਏ ਵੀ ਜਿਹੜਾ ਲੋਕਾਂ ਦੇ ਸਾਹਮਣੇ ਉਹਨੂੰ ਲੋਕ ਅਰਪਣ ਕਰਨਾ ਲੋਕ ਅਰਪਣ ਕਰਨਾ ਹੈ ਉਹ 8 ਦਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਨਮ ਦਿਨ ਦੇ ਉੱਤੇ ਕੀਤਾ ਜਾਊਗਾ ਜੀ ਤੇ ਜਾਂਦੇ ਜਾਂਦੇ ਢਿੱਲੋ ਸਾਹਿਬ ਇਹ ਵੀ ਦੱਸ ਦੋ ਵੀ ਤਿੰਨ ਭਾਜਪਾ ਲੈ ਗਈ ਤੇ ਇੱਕ ਚ ਕਾਂਗਰਸ ਸਿਮਟ ਕੇ ਰਹਿ ਗਈ ਕੀ ਉਹ ਵੇਖ ਨਜ਼ਰ ਆਉਂਦਾ ਪਾਰਟੀਆਂ ਦਾ ਦੇਖੋ ਇਹ ਉਤਰਾ ਚੜਾ ਹੈ ਜੀ ਇਹਦੇ ਵਿੱਚ ਦੇਖੋ ਕਾਂਗਰਸ ਪਾਰਟੀ ਤੋਂ ਗਲਤੀਆਂ ਹੋਈਆਂ ਭਾਜਪਾ ਨੇ ਨਿੱਟ ਕੇ ਕਿਉਂਕਿ ਭਾਜਪਾ ਨੂੰ ਇਹ ਪਤਾ ਸੀ ਕਿ ਜਾਂ ਹੁਣ ਤੇ ਜਾਂ ਕਦੇ ਵੀ ਨਹੀਂ ਜੀ ਜਾਂ ਤਾਂ ਇਹ ਚੋਣਾਂ ਜਿੱਤੀਆਂ ਜਾਣ ਤੇ ਜੇ ਚੋਣਾਂ ਨਾ ਜਿੱਤੀਆਂ ਤੇ ਫਿਰ ਹੈਗੇ ਆ ਵੀ ਆਪਾਂ ਨੂੰ 2024 ਦੇ ਵਿੱਚ ਬਹੁਤ ਵੱਡਾ ਸੰਕਟ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਸਭ ਕੁਝ दांव ਤੇ ਲੱਗਾ ਸੀ ਜੀ ਉਹਨਾਂ ਨੇ ਇਸ ਇਲੈਕਸ਼ਨ ਨੂੰ ਮਤਲਬ ਜਿਵੇਂ ਪੰਚਾਇਤ ਦੀ ਇਲੈਕਸ਼ਨ ਹੁੰਦੀ ਹੈ ਇਸ ਤਰ੍ਹਾਂ ਲੜਿਆ ਸੀ ਜੀ ਅਰੇ ਇਲੈਕਸ਼ਨ ਨੂੰ ਲੜਨ ਬਾਅਦ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਉਹਦੇ ਵਿੱਚ ਵੱਡੀ ਗੱਲ ਉਹਨਾਂ ਕੋਲੇ ਸੀ ਕਿ ਉਹਨਾਂ ਕੋਲੇ ਜਿਹੜੀ ਸਰਕਾਰੀ ਮਸ਼ੀਨਰੀ ਆ ਉਹ ਉਹਨਾਂ ਕੋਲੇ ਠੋਕਮੀ ਸੀ ਜੀ ਈਡੀ ਸੀਬੀਆਈ ਤੇ ਇਨਕਮ ਟੈਕਸ ਈਡੀ ਸਭ ਤੋਂ ਖਤਰਨਾਕ ਹੈ ਜੀ ਈਡੀ ਦੀ ਲਾਸਟ ਮੂਵਮੈਂਟ ਤੱਕ ਉਹ ਵਰਤੋਂ ਕਰਦੇ ਰਹੇ ਜੀ ਬਹੁਤ ਹੀ ਲੰਬੀ ਆਪਾਂ ਗੱਲ ਨਾ ਕਰੀ ਆਪਾਂ ਇਹੀ ਗੱਲ ਕਰਕੇ ਕਿ ਇਲੈਕਸ਼ਨ ਕਮਿਸ਼ਨ ਹੈ ਜਿਹਨੂੰ ਇੱਕ ਨਿਰਪੱਖ ਸੰਵਿਧਾਨਕ ਸੰਸਥਾ ਸਮਝਿਆ ਜਾਂਦਾ ਹੈ ਜੀ ਦਿ ਇਲੈਕਸ਼ਨ ਕਮਿਸ਼ਨ ਦੀ ਵੀ ਇਹਨੇ ੜਕ ਕੇ ਦੁਰਵਰਤੋਂ ਕੀਤੀ ਹੈ ਜੀ ਇਥੋਂ ਤੱਕ ਦੁਰਵਰਤੋਂ ਕੀਤੀ ਤੁਸੀਂ ਉਹਨੂੰ ਦੇਖੋ ਕਿ ਕੱਲ ਜਦੋਂ ਇਲੈਕਸ਼ਨ ਰਿਜ਼ਲਟ ਆ ਰਹੇ ਸੀ ਜੀ ਉਸ ਵੇਲੇ ਜਿਹੜਾ ਡੀਜੀਪੀ ਹੈ ਉੱਥੇ ਦਾ ਤੇਲੰਗਾਨਾ ਦਾ ਜੀ ਉਹਨੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਜਾ ਕੇ ਮਿਲਦਾ ਤੇ ਉਹਨੇ ਉਹਨੂੰ ਬੁੱਕੇ ਭੇਟ ਕਰਤਾ ਜੀ ਉਹਦੀ ਖਬਰ ਲੱਗੀ ਨਤੀਜਾ ਇਹ ਹੋਇਆ ਕਿ ਚੋਣ ਕਮਿਸ਼ਨ ਨੇ ਡੀਜੀਪੀ ਨੂੰ ਤਾਂ ਸਸਪੈਂਡ ਕਰਤਾ ਜੀ ਪਰ ਇਹ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਜੀ ਇੱਕ ਖਬਰ ਆਪਾਂ ਪੜੀ ਸੀ ਖਬਰਾਂ ਦੇ ਵਿੱਚ ਕਿ ਸਾਡੇ ਦੇਸ਼ ਦੇ ਵਿੱਚ ਨੇ ਗਰੀਬ ਲੋਕ ਐ 80 ਕਰੋੜ ਜੀ 80 ਕਰੋੜ ਗਰੀਬ ਲੋਕਾਂ ਨੂੰ ਕਹਿੰਦੇ ਵੀ ਜਿਹੜਾ ਮੁਫਤ ਅਨਾਜ ਮਿਲਦਾ ਸੀ ਕਰੋਨਾ ਵੇਲੇ ਤੋਂ ਮਿਲਣਾ ਸ਼ੁਰੂ ਕੀਤਾ ਹੋਇਆ ਸੀ ਜੀ ਚਲਦੀ ਕੈਂਪੇਨ ਦੇ ਦੌਰਾਨ ਜਦੋਂ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਹੁੰਨ ਜੀ ਤੇ ਉਸ ਵੇਲੇ ਕੇਂਦਰ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਅਗਲੇ 5 ਸਾਲਾਂ ਲਈ ਜੀ 80 ਕਰੋੜ ਲੋਕਾਂ ਨੂੰ ਅਗਲੇ 5 ਸਾਲਾਂ ਲਈ ਸਸਤਾ ਅਨਾਜ ਜਾਂ ਮੁਫਤ ਅਨਾਜ ਦਾ ਉਮਹਿਆ ਕਰਵਾਇਆ ਜਾਊਗਾ ਜੀ ਔਰ ਉਹਦਾ ਚੋਣ ਕਮਿਸ਼ਨ ਨੇ ਨੋਟਿਸ ਵੀ ਲਿਆ ਇਹਦਾ ਮਤਲਬ ਹੈ ਕਿ ਚੋਣ ਕਮਿਸ਼ਨ ਵੀ ਉਹਨਾਂ ਦੇ ਮਤਲਬ ਕੋ ਚੱਲਦਾ ਸੀ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਪਾਰਟੀ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਜੀ ਕਾਂਗਰਸ ਪਾਰਟੀ ਕਹੇਹੀ ਪਾਰਟੀ ਹੈ ਵੀ ਜਿਹਦਾ ਹਿੱਟ ਗਈ ਵੀ ਆ ਥੱਲੇ ਜੀ ਫਿਰ ਤਾਂ ਸਮਝਦੀ ਹੈ ਕਿ ਸਾਰੇ ਬੰਦੇ ਨੂੰ ਨਾਲ ਲੈ ਕੇ ਚਲੋ ਜੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਕੇ ਜਦੋਂ ਥੋੜੀ ਜਿਹੀ ਚ ਜਾਣ ਪੈਂਦੀ ਹੈ ਨਾ ਜੀ ਉਦੋਂ ਫਿਰ ਤੂੰ ਕੌਣ ਤੇ ਮੈਂ ਕੌਣ ਕਾਂਗਰਸ ਪਾਰਟੀ ਨੂੰ ਚਾਹੀਦਾ ਸੀ ਕਿ ਜਿਹੜੀ ਇੰਡੀਆ ਨਾਦੀ ਨਦੀ ਆਰਗੇਨਾਈਜੇਸ਼ਨ ਬਣੀ ਸੀ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ ਜੀ ਮੈਂ ਕੋ ਮਿਸਾਲ ਦੇਵਾਂਗਾ ਇਹ ਨਿਆ ਜਾਂਦਾ ਸੀ ਕਿ ਹੋਰ ਕਿਤੇ ਚਾਹੇ ਸਰਕਾਰ ਬਣੇ ਨਾ ਬਣੇ Madhya Pradesh ਦੇ ਵਿੱਚ ਇਹਨਾਂ ਦੀ ਸਰਕਾਰ ਬਣ ਜਾਣੀ ਹੈ ਜੀ Madhya Pradesh ਦੀ ਦੇ ਵਿੱਚ ਜਿਹੜਾ JP ਨਾਲ ਲੱਗਦਾ ਇਲਾਕਾ ਹੈ ਜੀ ਉੱਥੇ ਸਮਾਜਵਾਦੀ ਪਾਰਟੀ ਦਾ ਅਸਰ ਹੈ ਜੀ ਸਮਾਜਵਾਦੀ ਪਾਰਟੀ ਤੋਂ ਪਹਿਲਾਂ ਜਿਹੜੇ ਸਮਾਜਵਾਦੀ ਲੀਡਰਸ ਸੀ ਉਹਨਾਂ ਦੇ ਵਿੱਚ ਕਾ ਰਾਮਨੁਰ ਲੋਈਆ ਹੁੰਦੇ ਸੀ ਜੀ ਤੇ ਲੋਈਆ ਦੇ ਫਾਲੋਅਰਸ ਉਸ ਏਰੀਆ ਦੇ ਵਿੱਚ ਕਾਫੀ ਹੈ ਉਹਨਾਂ ਦੀ ਵਿਚਾਰਧਾਰਾ ਦਾ ਕਾਫੀ ਅਸਰ ਹੈ ਜੀ ਉਹ ਉੱਥੇ ਆਪਦੀਆਂ ਇਲੈਕਸ਼ਨਾਂ ਲੜਦੇ ਤੇ ਇਲੈਕਸ਼ਨਾਂ ਦੇ ਵਿੱਚ ਕੁਝ ਬੰਦੇ ਉਹਨਾਂ ਦੀ ਜਿੱਤ ਜਾਂਦੀ। ਇੰਡੀਆ ਇਲੈਕਸ਼ਨ ਆਪਣਾ ਇੱਕ ਆਰਗੇਨਾਈਜੇਸ਼ਨ ਬਣ ਗਈ। ਜੀ। ਉਹਨਾਂ ਨੇ ਵੀ ਕਿਹਾ ਵੀ ਅਸੀਂ ਚੋਣਾਂ ਲੜਨਗੇ। ਚੋਣਾਂ ਲੜਨ ਵਾਸਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਵੀ ਲੜ ਲਿਓ। ਹਾਈ ਕਮਾਂਡ ਨੇ ਕਿਤੇ 2-3 ਸੀਟਾਂ ਉਹਨਾਂ ਵਾਸਤੇ ਰਿਜ਼ਰਵ ਕਰਤੀਆਂ। ਜੀ। ਉਹ ਕਹਿੰਦੇ ਸੀ ਇਹ ਥੋੜੀਆਂ ਸਾਨੂੰ 5 ਚਾਹੀਦੀਆਂ, 5 ਜਾਂ 6 ਚਾਹੀਦੀਆਂ, ਜ਼ਿਆਦਾ ਚਾਹੀਦੀਆਂ। ਜੀ। ਤੇ ਜਿਹੜਾ ਹੰਕਾਰ ਦੇ ਘੋੜੇ ਉੱਤੇ ਚੜਿਆ ਸੀ ਕਮਲਨਾਥ ਜੀ। ਮੱਧਿਆ ਪ੍ਰਦੇਸ਼ ਦੀ ਕਾਂਗਰਸ ਪਾਰਟੀ ਦਾ ਕਰਤਾ-ਤਰਤਾ। ਜੀ। ਉਹ ਕਹਿੰਦਾ ਜ ਇਸ ਦਾ ਕੁਝ ਵੀ ਨਹੀਂ ਦੇਣਾ ਸੀ ਆਪਣੇ ਬਲਬੂਤੇ ਜਿੱਤਾਂਗੇ ਉਹਨਾਂ ਦਾ ਇੱਥੇ ਕੀ ਹੈ ਜੀ ਅਖਲੇਸ਼ ਸਿੰਘ ਦੇ ਤੇ ਥੋੜਾ ਔਖਾ ਹੋ ਗਿਆ ਜੀ ਕਿ ਕੋਈ ਗੱਲ ਨਹੀਂ ਫਿਰ ਪਾਰਲੀਮੈਂਟ ਆਉਣ ਦੇ ਅਸੀਂ ਚਕਾਵਾਂਗੇ ਛਾਲ ਜੀ ਤੇ ਇਹ ਜੋ ਪੱਤਰਕਾਰਾਂ ਨੇ ਪੁੱਛਿਆ ਕਿ ਅਖਲੇਸ਼ ਇਹ ਕਹਿੰਦਾ ਕਹਿੰਦਾ ਕਿਹੜਾ ਅਖਲੇਸ਼ ਪਖਲੇਸ਼ ਹੰਕਾਰ ਇੰਨਾ ਜਿਆਦਾ ਕਿ ਆਪਣੀ ਜਿਹੜੀ ਹੈਗੀ ਹੈ ਜਿਹੜੀ ਜਿਹਦੇ ਨਾਲ ਤੁਸੀਂ ਗੱਠ ਜੋੜ ਕਰਨ ਵਾਸਤੇ ਜਾ ਰਹੇ ਹੋ ਜੁਪੀ ਦਾ ਉਹ ਵੱਡਾ ਲੀਡਰ ਹੈ ਜੀ ਵੱਡੀ ਪਾਰਟੀ ਹੈ ਜੀ ਅਖਲੇਸ਼ ਪਖਲੇਸ਼ ਕਹਿੰਦੇ ਹੋ ਤੁਸੀਂ ਤਾਂ ਫਿਰ ਹੋਣਾ ਕੀ ਹੈ ਬਹੁਜਨ ਸਮਾਜ ਪਾਰਟੀ ਦੀ ਮਦਦ ਦੇ ਨਾਲ ਵਿਸ਼ਲੀਬਰੀ ਸਰਕਾਰ ਇਹਨਾਂ ਨੇ ਆਪਦੀ ਬਣਾਈ ਸੀ ਜੀ ਬਹੁਜਨ ਸਮਾਜ ਪਾਰਟੀ ਨਾਲ ਵੀ ਕੋਈ ਗੱਟਮਿਟ ਨਹੀਂ ਕੀਤੀ ਨਾਲ ਤਾਲਮੇਲ ਹੀ ਨਹੀਂ ਕੀਤਾ ਜੀ ਜਿਹਦੇ ਨਾਲ ਹੋ ਸਕਦਾ ਸੀ ਤਾਲਮੇਲ ਕਰਨ ਨੂੰ ਫਿਰਦੇ ਸੀ ਉਹਦੇ ਨਾਲ ਵੀ ਨਹੀਂ ਕੀਤਾ ਤੇ ਫਿਰ ਉਹ ਜੋ ਕੁਝ ਹੋਣਾ ਹੁੰਦਾ ਇਹੋ ਜਿਹੇ ਬੰਦਿਆਂ ਨਾਲ ਜੋ ਕੁਝ ਹੋਣਾ ਸੀ ਉਹੀ ਹੋਇਆ ਹਾਂ ਇਹ ਆਪਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਕਰਨਾਟਕਾ ਵਾਲੀ ਪਾਰਟੀ ਨੂੰ ਜੀ ਖਾਸ ਕਰਕੇ ਕਰਨਾਟਕਾ ਦੇ ਡਿਪਟੀ ਮੁੱਖ ਮੰਤਰੀ ਐ ਡੀ ਕੇ ਸ਼ਿਵ ਕੁਮਾਰ ਬਿਲਕੁਲ ਉਹਨਾਂ ਨੂੰ ਇੰਚਾਰਜ ਲਾਇਆ ਸੀਗਾ ਤੁਹਾਡਾ ਇਹਦਾ ਤਿਲੰਗਾਨਾ ਦਾ ਜੀ ਉਹਨਾਂ ਨੇ ਉਹ ਤੇ ਆਪਦੀ ਪਰਫਾਰਮੈਂਸ ਦਿਖਾਈ ਔਰ ਤਲਕਾਨਾ ਦੇ ਵਿੱਚੋਂ ਆਪਦੀ ਸਰਕਾਰ ਬਣਾ ਕੇ ਚਲੇਗੀ ਜੀ ਔਰ ਇਹ ਹੁਣ ਕਾਂਗਰਸ ਪਾਰਟੀ ਨੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੈ ਮਿਸਟਰ ਮਲਕਰਜਨ ਖੜ ਗਏ ਜੀ ਸਾਰਾ ਕੁਝ ਉਹਨੂੰ ਗਵਾ ਗੂ ਕੇ ਤੇ ਉਹਨਾਂ ਨੇ ਕਹਿੰਦੇ ਜੀ ਇੰਡੀਆ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਦੀ ਕਹਿੰਦੇ 6 ਤਾਰੀਖ ਨੂੰ ਮੀਟਿੰਗ ਬੁਲਾਈ ਹੈ ਜੀ ਉਹ ਹੁਣ ਪੱਤਾ ਪਣਾ ਕੇ ਕਿਸੇ ਵੱਟ ਤੁਰੀ ਫਿਰ ਤੁਰੀ ਫਿਰ ਪਰ ਗੱਲ ਇਹ ਵੀ ਹੁਣ ਇਹ ਇਹਦੇ ਵਿੱਚ ਜਿਹੜਾ ਹੈਗਾ ਉੱਥੇ ਕਿਉਂਕਿ ਦੂਜੀਆਂ ਧਿਰਾਂ ਵਾਲਿਆਂ ਨੇ ਫਿਰ ਖਚਾਈ ਤਾਂ ਕਰਨੀ ਹੈ ਵੀ ਤੁਸੀਂ ਸਮਝਦੇ ਆਪਦੇ ਆਪ ਨੂੰ ਕੀ ਹੈ ਬਿਲਕੁਲ ਜੀ ਇਹ ਪਹਿਲਾਂ ਹੀ ਕਹਿ ਦਿੱਤਾ ਸੀ ਨਤੀਸ਼ ਕੁਮਾਰ ਹੁਣਾਂ ਨੇ ਕਿ ਇਹ ਜਿਹੜੀਆਂ ਵਿਧਾਨ ਸਭਾ ਸੰਬੰਧੀ ਚੋਣਾਂ 'ਚ ਇੰਨੇ ਗਲਤਾਨ ਹੋ ਗਏ ਕਿ ਇੰਡੀਆ ਦੀ ਸਰਕਾਰ ਵੀ ਠਾਪੋ ਕਰੇਗੀ ਜੀ ਉਹ ਜਿਹੜੇ ਸ਼ਹਿਰ ਨੂੰ ਇਕੱਠੇ ਹੋਣਗੇ ਉੱਥੇ ਆਪਦਾ ਗੋਭਗਵਾਟ ਕੱਢਣਗੇ ਪਰ ਗੱਲ ਇਹ ਹੈ ਕਿ ਜੇ ਸੁਵੀਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਜਿਹੜੀਆਂ ਪਿਛਲੀਆਂ ਕਮੀਆਂ ਪੇਸ਼ੀਆਂ ਜੇ ਇਹਨੂੰ ਦੂਰ ਕਰ ਲੈਣ ਤਾਂ ਚੰਗਾ ਹੈ ਨਹੀਂ ਤਾਂ ਫਿਰ ਜਿੱਧਰ ਗਿਆ ਬਾਣੀਆਂ ਉਧਰ ਹੀ ਗਿਆ ਬਾਜ਼ਾਰ ਜੀ ਜੀ ਢਿੱਲੋਂ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿਪਣੀ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਦੋਸਤੋ ਇਹ ਸਨ ਪ੍ਰੋਗਰਾਮ ਸ਼ਮਾਦਾਨ ਚ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਤੇ ਇਸ ਦੇ ਨਾਲ ਹੀ ਦਲਬੀਰ ਸਿੰਘ ਬਰਾੜ ਵੀ ਚਾਹੁੰਦਾ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਲਈ ਤੁਹਾਡੇ ਤੋਂ ਆਗਿਆ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ ਰੱਬ ਰੱਖਾ Şamadan